ਅੱਜ ਮਹਾਨ ਕਿਰਪਾ ਹੋਈ ਹੈ ਸਾਰੀਆਂ ਸੰਗਤਾਂ ਅੱਜ ਪੰਜਵੇਂ ਦੀਵਾਨ ਸੰਤ ਸਮਾਗਮ ਦਾ ਆਨੰਦ ਮਾਣ ਰਹੀਆਂ ਨੇ ਅਤੇ ਬੇਅੰਤ ਮਹਾਂਪੁਰਖ ਅੱਜ ਸਥਾਨ 'ਤੇ ਪਹੁੰਚੇ ਨੇ ਔਰ ਬੇਅੰਤ ਮਹਾਂਪੁਰਖਾਂ ਦੀ ਰਸਨਾ ਤੋਂ ਆਪ ਜੀ ਨੇ ਪਹਿਲਾਂ ਕੀਰਤਨ ਸਰਵਣ ਕੀਤਾ ਅਤੇ ਹੋਰ ਬੇਅੰਤ ਮਹਾਂਪੁਰਖਾਂ ਦੀ ਰਸਨਾ ਤੋਂ ਕੀਰਤਨ ਸਰਵਣ ਕਰਨਾ। ਆਓ ਕੁਝ ਸਮਾਂ ਸਿਰਫ 5-10 ਮਿੰਟ ਕਿਉਂਕਿ ਸੰਗਤ ਦਾ ਹੁਕਮਨਾਮਾ ਬੜੀਆਂ ਸੰਗਤਾਂ ਦੀ ਆਵਾਜ਼ ਕਿ ਬਾਬਾ ਜੀ 5-4 ਮਿੰਟ ਜ਼ਰੂਰ ਲਾਓ। ਮੈਂ ਰੋਜ਼ ਬੇਨਤੀ ਕਰਦਾ ਕਿ ਮੈਂ ਰੋਜ਼ ਇਹ ਪ੍ਰਣ ਕਰਦਾ ਰਿਹਾ ਕਿ ਮੈਂ ਇੱਕ ਵੀ ਸ਼ਬਦ ਨਹੀਂ ਬੋਲਣਾ ਆਖੋ ਸਤਨਾਮ। ਪਰ ਸਾਰੀਆਂ ਸੰਗਤਾਂ ਦਾ ਹੁਕਮਨਾਮਾ ਜਦੋਂ ਆ ਜਾਂਦਾ ਉਹ ਮੰਨਣਾ ਪੈਂਦਾ, ਮੋੜਿਆ ਨਹੀਂ ਜਾਂਦਾ। ਔਰ ਸਾਰੇ ਗੁਰਮੁਖ ਪਿਆਰੇ ਪਹਿਲਾਂ ਮਹਾਂਪੁਰਖ ਬੇਨਤੀ ਕਰਦੇ ਸੀ, ਬਚਨ ਕਰਦੇ ਸੀ। 10ਵੇਂ ਪਾਤਸ਼ਾਹ ਜੀ ਮਹਾਰਾਜ ਦਾ ਜੀਵਨ ਸੁਣਾਇਆ, ਅੰਮ੍ਰਿਤ ਬਾਰੇ ਦੱਸਿਆ, ਸ਼੍ਰੀ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਜੀਵਨ ਪੜ੍ਹੀਏ। ਇੱਕ ਬੜੀ ਵਿਸ਼ੇਸ਼ ਗੱਲ ਆਉਂਦੀ ਹੈ, ਪੂਰੇ ਜੀਵਨ ਵਿੱਚ ਅਰਦਾਸ ਦੀ ਮਹੱਤਤਾ ਹੈ। ਅਰਦਾਸ ਪੂਰੇ ਜੀਵਨ ਵਿੱਚ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ 'ਤੇ ਆਏ ਨੇ, ਪਹਿਲਾਂ ਅਰਦਾਸ ਸੰਸਾਰ ਜਗਤ ਵੱਲੋਂ ਹੋਈ ਹੈ। ਆਖੋ ਸਤਨਾਮ। ਧੰਨ ਬਾਜਾਂ ਵਾਲੇ ਸੰਸਾਰ ਦੇ ਵਿੱਚ ਆ ਰਹੇ ਨੇ, ਮਾਲਕ ਭੇਜ ਰਿਹਾ ਹੈ, ਬਾਜਾਂ ਵਾਲੇ ਵੀ ਇੱਕ ਅਰਦਾਸ ਕਰਦੇ ਨੇ, ਬੇਨਤੀ ਕਰਦੇ ਨੇ। ਅਕਾਲ ਪੁਰਖ ਨੂੰ ਕਹਿ ਰਹੇ ਨੇ, ਅਕਾਲ ਪੁਰਖ ਮੈਨੂੰ ਸੰਸਾਰ ਵਿੱਚ ਭੇਜ ਰਿਹਾ, ਮੇਰੇ 'ਤੇ ਕਿਰਪਾ ਰੱਖੀ, ਹੱਥ ਰੱਖੀ, ਆਪਣਾ ਕਾਰਜ ਆਪ ਕਰਾ ਲਵੀ। ਆਖੋ ਸਤਨਾਮ। ਇੱਕ ਪਿਆਰਿਓ ਬੜੀ ਸੁੰਦਰ ਗੱਲ ਹੈ, ਬੜਾ ਸੁੰਦਰ ਬਚਨ ਮਹਾਂਪੁਰਖਾਂ ਦਾ। ਇਸਲਾਮ ਧਰਮ ਦੇ ਵਿੱਚ ਗੱਲ ਕਾਖੀ ਜਾਂਦੀ ਹੈ, ਇਸਲਾਮ ਮਤ ਦੇ ਲੋਕ ਬਚਨ ਕਰਦੇ ਨੇ, ਕਹਿੰਦੇ ਅੱਜ ਸਾਡੀਆਂ 7 ਹੀ ਖੈਰਾਂ ਨੇ। 7 ਖੈਰਾਂ, 7 ਖੈਰਾਂ ਦਾ ਮਤਲਬ ਅੱਜ ਸਾਨੂੰ ਅੱਲਾ ਨੇ, ਰੱਬ ਨੇ ਸਾਰਾ ਕੁਝ ਦੇ ਦਿੱਤਾ। ਆਖੋ ਸਤਨਾਮ। 7 ਖੈਰਾਂ, ਖੈਰ ਦਾ ਮਤਲਬ ਕੀ ਹੈ? ਖੈਰ ਉਹਨੂੰ ਕਹਿੰਦੇ ਨੇ ਜਿਹੜੀ ਚੀਜ਼ ਮੰਗੀ ਹੋਈ ਮਿਲੀ। ਮੰਗਣਾ, ਆਪਾਂ ਤਾਂ ਗੁਰੂ ਨਾਨਕ ਦੇ ਘਰ ਦੇ ਮੰਗਤੇ ਭਿਖਾਰੀ। ਮਾਲਕ ਕਹਿੰਦੇ ਨੀ ਕਿਤੇ ਭਿਖਾਰੀ ਬਣਨਾ ਸਿੱਖ, ਕਿਤੇ ਮੰਗਤਾ ਬਣਨਾ ਸਿੱਖ। ਬੰਦੇ ਨੂੰ ਦਾਨੀ ਬਣ ਕੇ ਬੜਾ ਸਵਾਦ ਆਉਂਦਾ। ਆਖੋ ਸਤਨਾ। ਕਿਉਂਕਿ ਜਦੋਂ ਦਾਨੀ ਬਣਦਾ ਨਾ, ਇਹਨੂੰ ਦੇਣ ਕਰਕੇ ਸਵਾਦ ਆਉਂਦਾ। ਕੋਈ ਬੰਦਾ ਇਹਦੇ ਅੱਗੇ ਹੱਥ ਅੱਡੇ, ਇਹ ਆਪਣੀ ਜੇਬ ਵਿੱਚੋਂ ਦੇਵੇ, ਇਹਨੂੰ ਆਨੰਦ ਆਉਂਦਾ ਹੈ। ਇਹਦਾ ਹੰਕਾਰ ਉਪਜਦਾ ਹੈ, ਇਹਦੀ ਹਉਮੈ ਵੱਧਦੀ ਹੈ। ਪਰ ਕਦੇ ਮੰਗਤਾ ਬਣ ਕੇ ਦੇ, ਗੁਰੂ ਨਾਨਕ ਦੇ ਘਰ ਦਾ ਮੰਗਤਾ। ਇੱਕ ਦੁਨੀਆ ਦਾ ਮੰਗਤਾ ਕਿੰਨਾ ਕੁਝ ਲੈ ਜਾਂਦਾ, ਕਦੇ ਗੁਰੂ ਨਾਨਕ ਦੇ ਘਰ ਦਾ ਮੰਗਤਾ ਬਣ, ਭਿਖਾਰੀ ਬਣ, ਕਦੇ ਖੈਰ ਮੰਗ। ਭਗਤਾਂ ਨੇ ਖੈਰ ਮੰਗਿਆ ਰੱਬ ਦੇ ਅੱਗੇ, ਦੋਨੋਂ ਹੱਥ ਅੱਡ ਕੇ, ਝੋਲੀ ਅੱਡ ਕੇ ਖੈਰ ਮੰਗਿਆ। ਪੁੱਛੋ ਬਾਬਾ ਫਰੀਦ ਸਾਹਿਬ ਕੀ ਮੰਗ ਰਹੇ ਹੋ, ਅਰਦਾਸਾਂ ਕਰਦੇ ਨੇ। ਸ਼ੇਖ ਫਰੀਦ ਖੈਰ, ਐ ਮਾਲਕ ਇੱਕ ਖੈਰ ਮੈਨੂੰ ਦੇ ਦੇ। ਆਵਾਜ਼ ਆਈ, ਕਿਹੜੀ ਖੈਰ? ਮਾਲਕ ਨੇ ਪੁੱਛਿਆ। ਸਿੱਧੀਆਂ ਗੱਲਾਂ ਹੋ ਰਹੀਆਂ ਨੇ ਕਾਲ ਪੁਰਖ ਦੇ ਨਾਲ। ਆਖੋ ਸਤਨਾਮ।
ਸਿੱਧੀਆਂ ਗੱਲਾਂ, ਕਿਉਂਕਿ ਜਿਨ੍ਹਾਂ ਦਾ ਪਿਆਰ ਹੈ ਪਿਆਰੇ, ਜਿਨ੍ਹਾਂ ਦਾ ਪ੍ਰੇਮ ਚੰਗਾ, ਕੋਈ ਦਿੱਲੀ ਮਿੱਤਰ ਹੋਵੇ ਨਾ, ਸਿੱਧਾ ਉਹਦੇ ਘਰੇ ਚਲੇ ਜਾਈਦਾ, ਟੈਲੀਫੋਨ ਨਹੀਂ ਕਰੀਦਾ, ਕਦੇ ਪੁੱਛੀਦਾ ਨਹੀਂ। ਮਾਂ ਪਿਓ ਦੇ ਨਾਲ ਪਿਆਰ ਹੈ, ਬੱਚਾ ਭੱਜਿਆ ਆਉਂਦਾ, ਸਿੱਧਾ ਗੋਦ ਵਿੱਚ ਆ ਕੇ ਬਹਿ ਜਾਂਦਾ। ਕਦੇ ਬੱਚੇ ਨੇ ਇਹ ਨਹੀਂ ਪੁੱਛਿਆ ਮਾਂ ਨੂੰ ਕਿ ਮੈਂ ਤੇਰੀ ਗੋਦ ਵਿੱਚ ਬੈਠਾ ਕਿ ਨਾ ਬੈਠਾ। ਆਖੋ ਸਤਨਾਮ। ਉਹ ਪਿਆਰਿਓ, ਜਿਨ੍ਹਾਂ ਦਾ ਪ੍ਰੇਮ ਹੈ ਗੁਰੂ ਦੇ ਨਾਲ, ਜਿਨ੍ਹਾਂ ਦਾ ਪ੍ਰੇਮ ਹੈ ਰੱਬ ਦੇ ਨਾਲ, ਉਹ ਸਿੱਧੀਆਂ ਗੱਲਾਂ ਕਰਦੇ ਗੋਦ ਵਿੱਚ ਬੈਠ ਕੇ। ਕਾਲਪੁਰ ਕਹਿਣਾ ਮੰਗ, ਅਜੇ ਮੰਗ ਕੀਤੀ ਸੱਚੇ ਪਾਤਸ਼ਾਹ, ਇੱਕ ਕਿਰਪਾ ਕਰ ਦ ਪੜਿਓ ਸਾਰੇ, ਇਹ ਖੈਰ ਆਪਾਂ ਨੇ ਵੀ ਮੰਗਣਾ। ਪਾਦੋ ਵਾਹਿਗੁਰੂ ਮੈਨੂੰ ਖੈਰ ਬੰਦਗੀ ਦਾ, ਬਖਸ਼ ਵਾਹਿਗੁਰੂ ਮੈਨੂੰ ਖੈਰ ਬੰਦਗੀ ਦਾ, ਮੈਨੂੰ ਖੈਰ ਸਾਰੀਆਂ ਭੈਣਾਂ ਗੱਜ ਕੇ, ਬਖਸ਼ ਵਾਹਿਗੁਰੂ ਮੈਨੂੰ ਖੈਰ ਬੰਦਗੀ ਦਾ, ਬਖਸ਼ ਵਾਹਿਗੁਰੂ ਮੈਨੂੰ ਖੈਰ ਬੰਦਗੀ ਦਾ, ਮੈਨੂੰ ਖੈਰ ਕੋਈ ਰਸਨਾ ਰਹਿ ਨਾ ਜਾਵੇ। ਬਖਸ਼ ਵਾਹਿਗੁਰੂ ਸਾਰੇ। ਵਾਹਿਗੁਰੂ ਬਖਸ਼, ਵਾਹਿਗੁਰੂ ਮੈਨੂੰ ਖੈਰ ਬੰਦਗੀ ਦਾ, ਬਖਸ਼ ਵਾਹਿਗੁਰੂ ਮੈਨੂੰ ਖੈਰ ਬੰਦਗੀ ਦਾ, ਬਖਸ਼ ਵਾਹਿਗੁਰੂ ਬਿਣ ਤੁਦ ਹੋਰ ਜੇ ਮੰਗਣਾ ਸਿਰ ਦੁਖਾਂ ਕੈ, ਇਹੋ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਆ ਖੈਰ ਮੰਗੀ ਬੰਦਗੀ ਦੀ, ਖੈਰ ਕਿਉਂ ਮੰਗੀ ਪਿਆਰ?
ਸੱਤ ਖੈਰਾਂ ਦੀ ਇਸਲਾਮ ਧਰਮ ਗੱਲ ਕਰਦਾ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਾਡੇ ਤੇ ਵੀ ਬਖਸ਼ਿਸ਼ ਕੀਤੀ। ਪੜ੍ਹੀਏ ਅਰਦਾਸ, ਕੀ ਕਹਿੰਦੇ ਮਾਲਕ ਅਰਦਾਸ ਵਿੱਚ, ਸਿੱਖਾਂ ਨੂੰ ਸਿੱਖੀ ਦਾਨ। ਖੈਰਾਂ ਜੀ, ਸੱਤ ਖੈਰਾਂ ਸਾਨੂੰ ਵੀ ਦਿੱਤੀਆਂ, ਆਖੋ ਸਤਨਾ। ਸਭ ਤੋਂ ਪਹਿਲੀ ਖੈਰ ਨੋਟ ਕਰਨਾ ਪਿਆਰਿਓ, ਸਿੱਖੀ ਦਾਨ, ਇਹ ਪਹਿਲੀ ਖੈਰ ਹੈ। ਸਿੱਖ ਗੁਰੂ ਨਾਨਕ ਦੇ ਚਰਨਾਂ ਵਿੱਚ ਖੜ ਕੇ ਬੇਨਤੀ ਕਰਦਾ ਹੈ, ਹੇ ਮਾਲਕ ਮੈਨੂੰ ਸਿੱਖੀ ਦੇ, ਕਿਉਂਕਿ ਜਦੋਂ ਤੱਕ ਗੁਰੂ ਸਿੱਖੀ ਨਹੀਂ ਨਾ ਦਿੰਦਾ ਇਹ ਯੋਗ ਨਹੀਂ ਹੋ ਸਕਦਾ। ਆਖੋ ਸਤਨਾ। ਗੁਰੂ ਕਿਰਪਾ ਕਰੇ, ਪਹਿਲਾਂ ਮਹਾਂਪੁਰਖ ਬਚਨ ਕਰਕੇ ਗਏ ਕਿ ਜਿਹਨਾਂ ਪੰਜਾਂ ਪਿਆਰਿਆਂ ਨੇ ਬਾਜਾਂ ਵਾਲਿਆਂ ਤੋਂ ਅਮਰ ਦੀ ਦਾਤ ਲਈ, ਪਤਾ ਨਹੀਂ ਕਿੱਡੀ ਭਗਤੀ ਹੋਣੀ ਉਹਨਾਂ ਦੀ, ਕਿੰਨੇ ਜਨਮਾਂ ਦੀ ਕਿੱਡੀ ਤਪੱਸਿਆ ਹੋਵੇਗੀ, ਕਿ ਬਾਜਾਂ ਵਾਲੇ ਆਵਾਜ਼ ਮਾਰਦੇ ਨੇ ਕਿੰਨਾ ਇਕੱਠ ਹੈ। ਅੱਗੇ ਆ ਕੇ ਝੋਲੀ ਅੱਡਲੀ, ਖੈਰ ਮੰਗਲੀ ਬਾਜਾਂ ਵਾਲਿਆਂ, ਮੈਨੂੰ ਸਿੱਖੀ ਦੇ। ਆਖੋ ਸਤਨਾ। ਸਿੱਖਾਂ ਨੂੰ ਸਿੱਖੀ ਦਾਨ, ਸਿੱਖੀ ਉਹ ਚੀਜ਼ ਹੈ ਕਿ ਜਦੋਂ ਹਿਰਦਾ ਸ਼ੁੱਧ ਹੋ ਜਾਏ ਨਾ ਪਿਆਰਿਓ, ਪਾਤਰ ਬਣ ਜਾਏ। ਇੱਥੇ ਇੱਕ ਮਹਾਂਪੁਰਖ ਛੋਟੀ ਜਿਹੀ ਕਥਾ ਸੁਣਾਉਂਦੇ, ਕੋਈ ਸੇਵਕ ਸੀ ਮਹਾਂਪੁਰਖਾਂ ਦਾ, ਰੋਜ਼ ਉਹਨੇ ਬੇਨਤੀ ਕਰਨੀ, ਬਾਬਾ ਜੀ ਮੇਰੇ 'ਤੇ ਕਿਰਪਾ ਕਰੋ, ਚਾਹੁੰਦਾ ਕੀ ਹੈ ਵੀ। ਕਹਿੰਦੇ ਜੀ ਮੈਨੂੰ ਨਾਮ ਦੇ ਦਿਓ। ਮਹਾਂਪੁਰਸ਼ ਕਹਿੰਦੇ ਸੇਵਾ ਤੂੰ ਬੜੀ ਕਰਦਾ, ਸਿਮਰਨ ਤੂੰ ਬੜਾ ਕਰਦਾ, ਪਰ ਯਾਦ ਰੱਖ ਤੇਰਾ ਹਿਰਦਾ ਹਜੇ ਸ਼ੁੱਧ ਨਹੀਂ ਹੋਇਆ। ਕੋ ਸਤਨਾ। ਹਿਰਦਾ ਸ਼ੁੱਧ ਨਹੀਂ ਤੇਰਾ ਹੋਇਆ ਹਜੇ, ਜਿਸ ਦਿਨ ਤੇਰਾ ਹਿਰਦਾ ਸ਼ੁੱਧ ਹੋ ਗਿਆ ਨਾ, ਉਹ ਦਿਨ ਨਾਮ ਤੇਰੇ ਅੰਦਰ ਵਸਤੂ ਟਿਕ ਜਾਏਗੀ। ਹਜੇ ਭਾਂਡਾ ਤੇਰਾ ਭਰਿਆ ਪਿਆ ਮੈਲ ਦੇ ਨਾਲ, ਭਰੀ ਹੈ ਮਤ ਪਾਪਾਂ ਕੈ ਸੰਗ, ਉਹ ਧੁੱਪੈ ਨਾਵੇ ਕੇ ਰੰਗ। ਕਹਿੰਦੇ ਇਹ ਅੜੀ 'ਤੇ ਆ ਗਿਆ, ਹੱਟ 'ਤੇ ਆ ਗਿਆ। ਕਹਿਣ ਲੱਗਿਆ ਬਾਬਾ ਜੀ, ਜੇ ਮੈਨੂੰ ਨਾਮ ਦੀ ਦਾਤ ਨਹੀਂ ਦੇਣੀ ਤਾਂ ਕਿਰਪਾ ਕਰੋ ਮੈਂ ਛੱਡ ਕੇ ਕਿਸੇ ਹੋਰ ਗੁਰੂ ਕੋਲ ਚੱਲਿਆ ਜਾਵਾਂ। ਆਖੋ ਸਤਨਾਮ। ਇਹ ਤਾਂ ਸਾਡੇ 'ਤੇ ਬਾਜਾਂ ਵਾਲਿਆਂ ਨੇ ਕਿਰਪਾ ਕੀਤੀ ਕਿ ਪੰਜ ਪਿਆਰਿਆਂ ਤੋਂ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ। ਨਹੀਂ ਪਹਿਲਾਂ ਤਾਂ ਬਾਬਾ ਕਬੀਰ ਸਾਹਿਬ ਵਰਗੇ ਉਡੀਕਦੇ ਸੀ ਗੁਰੂ ਕਿਹਨੂੰ ਲੱਭੀਏ, ਲੱਭਦੇ ਫਿਰਦੇ ਸੀ। ਅੱਜ ਪਿਆਰਿਓ ਕਹਿੰਦੇ ਮਹਾਂਪੁਰਖਾਂ ਨੇ ਸਮਝਾਇਆ, ਇਹਦੇ ਘਰ ਚਲੇ ਗਏ, ਜਾ ਕੇ ਦਰਵਾਜ਼ਾ ਖੜਕਾਇਆ, ਪ੍ਰੇਮੀਆਂ ਦਰਵਾਜ਼ਾ ਖੋਲਵਾਈ, ਪੁੱਛਿਆ ਬਾਬਾ ਜੀ ਕਿਵੇਂ ਆਇਓ, ਕਹਿੰਦੇ ਥੋੜ੍ਹਾ ਜਿਹਾ ਦੁੱਧ ਚਾਹੀਦਾ। ਆਖੋ ਸਤਨਾ। ਬਾਬਾ ਜੀ ਬਰਤਨ ਕਰੋ, ਥੋੜ੍ਹਾ ਜਿਹਾ ਕਿਉਂ, ਸਾਰਾ ਹੀ ਲੈ ਜਾਓ। ਲਿਓ ਬਰਤਨ, ਕਿੱਥੇ ਹੈ ਬਰਤਨ? ਕੀਤਾ ਮਹਾਂਪੁਰਖਾਂ ਨੇ, ਕਹਿੰਦਾ ਜੀ ਇਹਦੇ ਵਿੱਚ ਮੈਂ ਦੁੱਧ ਨਹੀਂ ਪਾ ਸਕਦਾ। ਮਹਾਂਪੁਰਖ ਕਹਿੰਦੇ ਕੀ ਗੱਲ? ਕਹਿਣ ਲੱਗਿਆ ਜੀ ਇਸ ਬਰਤਨ ਵਿੱਚ ਲਿੱਦ ਪਈ ਹੈ। ਆਖੋ ਸਤਨਾ। ਪਹਿਲਾਂ ਇਹ ਬਰਤਨ ਤਾਂ ਖਾਲੀ ਕਰ ਲਓ, ਇਹ ਬਰਤਨ ਤਾਂ ਸਾਫ਼ ਕਰ ਲਓ, ਫਿਰ ਦੁੱਧ ਪਾ ਦੇਣਾ ਹੈ, ਦੁੱਧ ਲੈ ਜਾਓ ਜਿੰਨਾ ਮਰਜ਼ੀ। ਮਹਾਂਪੁਰਸ਼ ਕਹਿੰਦੇ ਤੈਨੂੰ ਕੀ, ਬਰਤਨ ਮੇਰਾ, ਲਿੱਦ ਮੇਰੇ ਬਰਤਨ 'ਚ ਪਈ ਹੈ, ਤੂੰ ਦੁੱਧ ਪਾ ਦੇ। ਕਹਿੰਦਾ ਬਾਬਾ ਜੀ ਦੁੱਧ ਮੈਂ ਪਾ ਦੇਣਾ, ਨਾ ਮੇਰੇ ਜੋਗਾ ਨਾ ਰਹਿਣਾ, ਨਾ ਤੁਹਾਡੇ ਜੋਗਾ ਰਹਿਣਾ, ਬਰਤਨ ਸਾਫ਼ ਕਰ ਲਓ ਪਹਿਲਾਂ, ਲਿੱਦ ਨਾਲ ਭਰਿਆ ਪਿਆ। ਮਹਾਂਪੁਰਸ਼ ਕਹਿੰਦੇ ਬਸ ਤੇਰੇ ਸਵਾਲ ਦਾ ਜਵਾਬ ਮਿਲ ਗਿਆ, ਇੱਕ ਬਰਤਨ ਹੈ ਇਹਦੇ ਵਿੱਚ ਲਿੱਦ ਪਈ ਹੈ, ਆ ਪਾਈ ਆ ਦੁੱਧ, ਅੱਧਾ ਕਿਲੋ ਦੁੱਧ, ਜਿਹਦੀ ਕੀਮਤ 15 ਰੁਪਏ ਹੋ, 17 ਰੁਪਏ ਹੋ, ਇਹ ਨਹੀਂ ਪਾ ਸਕਦਾ, ਤੈਨੂੰ ਡਰ ਹੈ ਕਿਤੇ ਮੇਰਾ ਦੁੱਧ ਖਰਾਬ ਨਾ ਹੋ ਜਾਏ। ਉਹ ਯਾਦ ਰੱਖ ਜਿਹਦੀ ਕੀਮਤ ਲੱਖਾਂ ਤੇ ਕਰੋੜਾਂ ਵੀ ਨਹੀਂ ਹੈ। ਆਖੋ ਸਤਨਾ। ਜਿਹੜੇ ਨਾਮ ਦੀ ਕੋਈ ਕੀਮਤ ਨਹੀਂ ਪਾ ਸਕਦਾ ਪਿਆਰਿਓ, ਤੇਰਾ ਹਿਰਦਾ ਭਰਿਆ ਪਿਆ ਮੈਲ ਦੇ ਨਾਲ, ਭਰਮਾਂ ਦੇ ਨਾਲ, ਕਿੱਥੇ ਨਾਮ ਪੈ ਜਾਊ। ਆਖੋ ਸਤਨਾਮ।
ਤੁਹਾਨੂੰ ਭਾਈ ਘਨੱਈਆ ਜੀ, ਸਿੱਖੀ ਕਿਵੇਂ ਮਿਲਦੀ ਹੈ? ਸਿੱਖੀ ਦਾਨ ਐਵੇਂ ਨਹੀਂ ਮਿਲ ਜਾਂਦਾ। ਧੰਨ ਗੁਰ ਤੇਗ ਬਹਾਦਰ ਸਾਹਿਬ 3 ਮਹੀਨੇ ਭਾਈ ਘਨੱਈਏ ਨੂੰ ਕਹਿਣਾ, ਘਨੱਈਆ ਹਾਂ ਮਹਾਰਾਜ, ਚੱਲ ਗਾਗਰ ਭਰ ਕੇ ਲਿਆ ਪਾਣੀ ਦੀ, ਪਾਣੀ ਦੀ ਗਾਗਰ ਭਰਨੀ, ਸਤਿਗੁਰਾਂ ਨੇ ਮੁੱਖ ਧੋਣਾ ਤੇ ਬਾਕੀ ਦਾ ਪਾਣੀ ਡੋਲ ਦੇਣਾ। ਭਾਈ ਘਨੱਈਆ ਇੱਕ ਹੋਰ ਲੈ ਕੇ ਆ, ਦੂਜੀ ਗਾਗਰ ਲਿਆਉਣੀ। ਪਾਤਸ਼ਾਹ ਨੇ ਪੰਜ ਸ਼ਨਾਨਾ ਕਰਨਾ, ਹੱਥ ਧੋਣੇ, ਚਰਨ ਧੋਣੇ, ਡੋਲ ਦੇਣਾ ਕੋ ਸਤਨਾਮ। ਘਨੱਈਆ ਇੱਕ ਗਾਗਰ ਹੋਰ ਲੈ ਕੇ ਆ, ਫਿਰ ਚਲਿਆ ਜਾਣਾ, ਥੋੜਾ ਜਿਹਾ ਜਲ ਛਕਣਾ, ਉਹ ਵੀ ਡੋਲ ਦੇਣੀ। 3 ਮਹੀਨੇ ਨੌਵੇਂ ਪਾਤਸ਼ਾਹ ਪ੍ਰੀਖਿਆ ਲੈਂਦੇ ਰਹੇ ਘਨੱਈਏ ਦੀ, ਆਖੋ ਸਤਨਾਮ। 3 ਮਹੀਨਿਆਂ ਬਾਅਦ ਗਲਦੇ ਨਾਲ ਲਾ ਲਿਆ, ਘਨੱਈਆ ਅੱਜ ਸਿੱਖੀ ਲੈ ਗਿਆ, ਅੱਜ ਗੁਰੂ ਦੀ ਬਖਸ਼ਿਸ਼ ਲੈ ਗਿਆ। ਮੈਂ ਤਾਂ ਦੇਖਦਾ ਸੀ ਕਿ ਮੈਂ ਬਾਰ ਬਾਰ ਤੇਰੇ ਤੋਂ ਪਾਣੀ ਮੰਗਾ ਰਿਹਾ, ਅੱਜ ਮੈਂ ਪਾਣੀ ਮੰਗਾ ਰਿਹਾ, ਤੂੰ ਅੱਕਦਾ ਕਿ ਨਹੀਂ ਅੱਕਦਾ? ਆਖੋ ਸਤਨਾ। ਜੇ ਮੇਰੇ ਕੋਲ ਨਾ ਆਕਿਆ ਨਾ, ਯਾਦ ਰੱਖ, ਕੱਲ ਨੂੰ ਜੇ ਦੁਸ਼ਮਣ ਨੇ ਪਾਣੀ ਮੰਗ ਲਿਆ, ਉੱਥੇ ਵੀ ਤੇਰਾ ਮਨ ਪਿੱਛੇ ਨਹੀਂ ਹਟੇਗਾ। ਮੈਂ ਤਾਂ ਤੇਰਾ ਹਿਰਦਾ ਬਣਾ ਰਿਹਾ ਸੀ ਸਿੱਖੀ ਦਾ। ਪਿਆਰੇ, ਉਹ ਸਿੱਖੀ ਹਿਰਦੇ ਵਿੱਚ ਟਿਕਦੀ ਹੈ, ਤਨ ਤੇ ਨਹੀਂ। ਆਖੋ ਸਤਨਾ। ਇਹ ਤਾਂ ਪਛਾਣ ਹੈ ਸਾਡੀ, ਆ ਜਿਹੜੇ ਕਕਾਰ ਪਾਏ ਨੇ ਤਾਂ ਪਛਾਣ ਹੈ, ਤਾਂ ਬਾਜਾਂ ਵਾਲੇ ਨੇ ਪਛਾਣ ਲਾਈ ਸੀ ਕਿ ਸਿੱਖਾ ਹਜ਼ਾਰਾਂ ਦੇ ਇਕੱਠ ਵਿੱਚ ਖੜਿਆ ਹੋਵੇ, ਪਤਾ ਲੱਗੇ ਕਿ ਸਿੱਖ ਖੜਿਆ। ਕੋ ਸਤਨਾ। ਪਰ ਸਤਿਗੁਰ ਅੰਦਰ ਦੀ ਗੱਲ ਕਰਦਾ, ਤੇ ਅੰਦਰ ਸਿੱਖੀ ਕਿਹੜੀ ਹੈ, ਅੰਦਰ ਤੇਰੇ ਕੀ ਹੈ? ਉਹਦੇ ਦਾਤ ਮੰਗੀਏ ਸਤਿਗੁਰ ਦੇ ਕੋਲੋਂ, ਸਤਿਗੁਰ ਜੀ ਕਿਰਪਾ ਕਰੋ, ਬਖਸ਼ਿਸ਼ ਕਰ ਦਿਓ। ਆ ਬੇਨਤੀ ਕਰੀਏ ਮਾਲਕ ਦੇ ਚਰਨਾਂ ਚ। ਖੋਟੇ ਕਰਮਾਂ ਨੇ ਵਿਛੋੜਿਆ ਤੇਰੇ ਚਰਨਾਂ ਤੋਂ, ਕਿਰਪਾ ਕਰਕੇ ਮੇਲ ਲਿਓ। ਕਰਮਾਂ ਨੇ ਵਿਛੋੜਿਆ ਤੇਰੇ ਚਰਨਾਂ ਤੋਂ, ਕਿਰਪਾ ਕਰਕੇ ਮੇਲ ਲਿਓ। ਕਿਰਪਾ ਕਰਕੇ ਮੇਲ, ਕਿਰਪਾ ਕਰਕੇ ਸਾਰੀਆਂ ਭੈਣਾਂ ਗੱਜ ਕੇ, ਖੋਟੇ ਕਰਮਾਂ ਨੇ ਵਿਛੋੜਿਆ ਤੇਰੇ ਚਰਨਾਂ ਤੋਂ, ਕਿਰਪਾ ਕਰਕੇ ਮੇਲ ਲਿਓ। ਖੋਟੇ ਕਰਮਾਂ ਨੇ ਵਿਛੋੜਿਆ ਤੇਰੇ ਚਰਨਾਂ ਤੋਂ, ਕਿਰਪਾ ਕਰਕੇ ਮੇਲ ਲਿਓ। ਤੇਰੇ ਚਰਨਾਂ ਤੋਂ, ਹਾਂਜੀ, ਖੋਟੇ ਬਹੁਤ ਜਨਮ ਵਿਛੜੇ ਥੇ ਮਾਰੇ ਜਨਮ ਤੁਮਾਰੇ,
ਸਿੱਖੀ ਆ ਪਹਿਲੀ ਦਾਤ ਪਹਿਲੀ ਖੈਰ ਹੈ ਬਾਬੇ ਨਾਨਕ ਦੇ ਦਰਬਾਰ ਦੀ ਸਿੱਖੀ ਦਾਨ ਤੇ ਅਗਲੀ ਖੈਰ ਕਿਹੜੀ ਪਿਆਰਿਓ ਕੇਸ ਦਾਨ ਆਖੋ ਸਤਨਾਮ ਕੇਸ ਦਾ ਦਾਨ ਕਿਉਂ ਆਖਿਆ ਗੌਰ ਕਰਿਓ ਜਿੰਨੇ ਪੀਰ ਪੈਗੰਬਰ ਅਵਤਾਰ ਹੋਏ ਸਾਰਿਆਂ ਦੇ ਸੀਸ ਤੇ ਜੂੜਾ ਜਟਾ ਜੂਟ ਹੈ ਜਿਹੜੇ ਬ੍ਰਹਮ ਗਿਆਨੀ ਜਿੰਨੇ ਮਹਾਂਪੁਰਖ ਹੋਏ ਜਟਾ ਜੂਟ ਹੋਏ ਕਾਰਨ ਕੀ ਹੈ ਅੱਜ ਖੋਜ ਹੋਈ ਅੱਜ ਖੋਜ ਕੀਤੀ ਹਿੰਦੂ ਮਤ ਦੇ ਜਿਹੜੇ ਮਹਾਂਪੁਰਸ਼ ਨੇ ਉਹ ਕਹਿੰਦੇ ਨੇ ਕਹਿੰਦੇ ਜਿਹਦੇ ਸਿਰ ਤੇ ਕੇਸ ਜੂੜਾ ਹੋਵੇ ਨਾ ਉਹ ਥੋੜਾ ਜਿਹਾ ਚਿਰ ਸਿਮਰਨ ਕਰੇ ਉਹਦੇ ਅੰਦਰ ਟਿਕਾਓ ਬੜੀ ਛੇਤੀ ਆਉਂਦਾ ਸ਼ਕਤੀ ਬੜੀ ਇਕੱਠੀ ਹੁੰਦੀ ਹੈ ਆਖੋ ਸਤਨਾਮ ਜਿਹੜਾ ਸਾਬਤ ਸੂਰਤ ਹੈ ਕਿੱਸਾ ਧਾਰੀ ਹੈ ਸੀਸ ਤੇ ਜੁੜਾ ਜੋਗੀਆਂ ਨੇ ਜਟਾਵਾਂ ਕਿਉਂ ਰੱਖੀਆਂ ਕਾਰਨ ਸੀ ਤਨ ਨੰਗਾ ਸਿਰ ਤੋਂ ਨੰਗੇ ਜਦੋਂ ਜਾ ਕੇ ਉਹਨਾਂ ਨੇ ਸਮਾਧੀਆਂ ਲਾਈਆਂ ਸਿਮਰਨ ਕੀਤਾ ਮਨ ਟਿਕਿਆ ਨੀ ਟਿਕਾਓ ਵਿੱਚ ਨਹੀਂ ਆਇਆ ਸ਼ਕਤੀ ਨਹੀਂ ਇਕੱਠੀ ਹੋਈ ਉਹ ਪਿਆਰਿਓ ਬਸਤਰ ਛੱਡ ਚੁੱਕੇ ਸੀ ਸੰਨਿਆਸ ਲੈ ਲਿਆ ਸੀ ਘਰ ਤੋਂ ਘਰ ਛੱਡ ਚੁੱਕੇ ਸੀ ਸੀਸ ਤੇ ਬੰਨਣ ਵਾਸਤੇ ਬਸਤਰ ਨਹੀਂ ਦੁੱਧ ਚੋ ਚੋ ਕੇ ਬੋਹੜ ਦਾ ਦਰਖਤਾਂ ਦਾ ਆਪਣੇ ਸੀਸ ਦੀਆਂ ਜਟਾਵਾਂ ਬਣਾ ਲਈਆਂ ਆਖੋ ਸਤਨਾਮ ਉਹਨਾਂ ਕੇਸਾਂ ਤੋਂ ਦਸਤਾਰ ਦਾ ਕੰਮ ਲਿਆ ਪਗੜੀ ਦਾ ਕੰਮ ਲਿਆ ਫਿਰ ਪਤਾ ਲੱਗਿਆ ਵੀ ਕੇਸਾਂ ਦੀ ਮਹਾਨਤਾ ਕੀ ਹੈ ਜਿਹੜੇ ਜੱਟਾ ਜੁੱਟ ਮਹਾਂਪੁਰਖ ਨੇ ਆ ਖਿਆਲ ਕਰਨਾ ਬੈਠਣ ਦਾ ਢੰਗ ਹੈ ਬੈਠੇ ਆਪਾਂ ਸਾਰੇ ਹੀ ਹਾਂ ਕੋਈ ਕਿਸੇ ਤਰ੍ਹਾਂ ਬੈਠੇ ਹੈ ਪਰ ਕਈਆਂ ਦੇ ਸਰੀਰ ਦਾ ਵੀ ਕੋਈ ਕਾਰਨ ਹੁੰਦਾ ਹੈ ਕਈਆਂ ਦਾ ਸਰੀਰ ਰੋਗੀ ਹੈ ਨਹੀਂ ਬੈਠ ਸਕਦੇ ਪਰ ਜਿਹੜਾ ਅਸਲੀ ਬੈਠਣ ਦਾ ਤਰੀਕਾ ਨਾ ਚੌਂਕੜਾ ਮਾਰ ਕੇ ਆ ਦੋਨੋਂ ਹੱਥ ਆ ਕੁੰਜੀ ਬਣਾ ਕੇ ਬੈਠਣਾ ਨਾ ਆ ਬੈਠਣ ਦਾ ਤਰੀਕਾ ਹੈ ਸਿਮਰਨ ਕਰਨਾ ਹੈ ਗੁਰੂ ਦੀ ਹਜ਼ੂਰੀ ਵਿੱਚ ਬੈਠਣਾ ਹੈ ਉਹ ਗੁਰਸਿੱਖਾਂ ਧਿਆਨ ਟਿਕਾਉਣਾ ਤੇਰਾ ਬੈਠਣ ਦਾ ਤਰੀਕਾ ਹੈ ਮਹਾਂਪੁਰਖ ਕਹਿੰਦੇ ਨੇ ਜਦੋਂ ਗੁਰਮੁਖ ਪਿਆਰਾ ਚੌਂਕੜਾ ਲਾ ਕੇ ਸਿਮਰਨ ਕਰਦਾ ਨਾ ਇੱਕ ਵਹਿਣ ਵਗਦਾ ਸਰੀਰ ਦੇ ਵਿੱਚ ਆਖੋ ਸਤਨਾ ਇੱਕ ਚੱਕਰ ਚੱਲਦਾ ਤੇ ਜੇ ਹੱਥ ਖੁੱਲੇ ਨੇ ਨਾ ਪਿਆਰਿਓ ਉਹ ਸ਼ਕਤੀ ਹੱਥਾਂ ਰਾਹੀਂ ਬਾਹਰ ਵੇਸਟ ਹੋ ਰਹੀ ਹੈ ਨੇਤਰ ਬੰਦ ਕਿਉਂ ਕਰਾਏ ਕਿਉਂ ਆਖਿਆ ਵੀ ਨੇਤਰ ਬੰਦ ਕਰਕੇ ਬੈਠੋ ਭਾਈ ਇਹਨਾਂ ਨੇਤਰਾਂ ਰਾਹੀਂ ਜਦੋਂ ਖੁੱਲੇ ਨੇ ਤੇਰੀ ਤਾਕਤ ਵੇਸਟ ਹੋ ਰਹੀ ਹੈ ਅਨਰਥ ਜਾ ਰਹੀ ਹੈ ਆਪਣੇ ਸਰੀਰ ਨੂੰ ਟਿਕਾ ਕੇ ਬੈਠ ਤੇਰੇ ਕਰਮ ਇੰਦਰੇ ਆਪਣਾ ਆਪਣਾ ਅਸਲੀ ਕਰਮ ਕਰਨ ਜਿਹੜਾ ਕਰਨ ਵਾਲਾ ਹੈ ਮਨ ਨੂੰ ਛੇਤੀ ਅੱਖ ਖੜਾਉਂਦੀ ਹੈ ਆਖੋ ਸਤਨਾਮ ਇੱਕ ਵਾਰੀ ਅੱਖ ਖੋਲ੍ਹ ਕੇ ਬੰਦਾ ਦੇਖ ਲਵੇ ਚਾਰੇ ਪਾਸੇ ਧਿਆਨ ਕਿਤੇ ਦਾ ਕਿਤੇ ਚਲਿਆ ਜਾਂਦਾ ਰਹੋ ਵਿੱਚ ਸਿੱਖੀ ਦਾਨ ਦੂਜੀ ਖੈਰ ਸੀ ਕੇਸ ਦਾਨ ਸਤਿਗੁਰੂ ਐਸੀ ਕਿਰਪਾ ਕਰਦੇ ਕੇਸਾਂ ਦਾ ਦਾਨ ਕੇਸਾਂ ਦੀ ਮਹਾਨਤਾ ਬੜੀ ਹੈ ਜੇ ਕੇਸਾਂ ਤੇ ਵਿਚਾਰ ਕਰੀਏ ਬੜਾ ਸਮਾਂ ਚਾਹੀਦਾ ਰਹੋ ਵਿਚਾਰ ਕੇਸ ਦਾਨ ਤੀਜੀ ਹੈ ਰਹਿਤ ਦਾਨ ਤੀਜੀ ਖੈਰ ਜਿਸ ਗੁਰਸਿੱਖ ਦੇ ਕੋਲ ਰਹਿਤ ਹੈ ਨਾ ਪਿਆਰਿਓ ਉਹ ਗੁਰਸਿੱਖ ਦਾ ਵੀ ਜੀਵਨ ਉੱਚਾ ਬਣ ਜਾਂਦਾ ਆਖੋ ਸਤਨਾਮ ਭਾਵੇਂ ਭੇਖੀ ਸਿੱਖ ਕਿਉਂ ਨਾ ਹੋਵੇ ਕਕਾਰ ਪਾਏ ਨੇ ਕਸ਼ਹਿਰਾ ਪਾਇਆ ਹੈ ਕੰਘਾ ਸੀਸ ਤੇ ਹੈ ਕੜਾ ਪਾਇਆ ਹੈ ਕਕਾਰ ਨੇ ਰਹਿਤ ਹੈ ਜੇ ਭਾਈ ਜੋਗਾ ਵੇਸ਼ਵਾ ਦੇ ਦੁਆਰੇ ਚਲਿਆ ਗਿਆ ਪਹਿਰੇਦਾਰ ਨੇ ਕਕਾਰ ਵੇਖ ਕੇ ਆਖਿਆ ਭਾਵੇਂ ਮਾਲਕ ਆਪ ਸੀ ਪਛਾਣ ਉਹ ਸਿੱਖਾ ਤੇਰੇ ਸੀਸ ਤੇ ਦਸਤਾਰਾ
ਕਿਰਪਾਨ ਤੇਰੇ ਪਾਈ ਹੈ, ਦੇੜ ਤੇਰੇ ਕਸ਼ਹਿਰ, ਲੱਗਦਾ ਤੂੰ ਗੁਰਸਿੱਖ ਹੈ, ਤੂੰ ਤੁਰਿਆ ਕਿੱਥੇ ਫਿਰਦਾ ਆਖੋ ਸਤਨਾਮ। ਰਹਿਤ ਰਹਿਤ ਰਹਿ ਜਾਏ ਵਿਕਾਰ, ਕਹਿੰਦੇ ਜੇ ਗੁਰਸਿੱਖ ਰਹਿਤ ਵੀ ਰੱਖ ਲਵੇ ਨਾ, ਉਹ ਵਿਕਾਰਾਂ ਤੋਂ ਬਚਿਆ ਰਹਿੰਦਾ। ਰਹਿਤ ਰੱਖ ਲਵੇ ਗੁਰਸਿੱਖ, ਵਿਕਾਰਾਂ ਤੋਂ ਬਚ ਜਾਏਗਾ। ਜੇ ਸਰੀਸਾ ਪਾਈ ਹੈ, ਕਸ਼ਹਿਰਾ ਪਾਇਆ, ਛੇਤੀ ਛੇਤੀ ਸਿੱਖ ਸਿਨਵੇਂ ਹਾਲ ਨਹੀਂ ਵੜਦਾ ਕੋ ਸਤਨਾਮ। ਭਾਵੇਂ ਲੋਕ ਇਲਾਜ ਕਰਕੇ ਬਚੇ, ਲੋਕੀ ਕੀ ਕਹਿਣਗੇ? ਉਹ ਸ਼ਰਾਬ ਦੇ ਠੇਕੇ ਅੱਗੇ ਕਦੇ ਨਹੀਂ ਖੜਦਾ, ਦੁਨੀਆਂ ਕੀ ਆਖੇਗੀ ਸਿੱਖ ਕਿੱਥੇ ਖੜਿਆ ਕੋ ਸਤਨਾਮ। ਪਿਆਰੇ, ਰਹਿਤ ਦੀ ਬੜੀ ਵੱਡੀ ਕਾਰਨ ਹੈ। ਜਿਨ੍ਹਾਂ ਨੇ ਰਹਿਤ ਰੱਖੀ, ਰਹਿਤ ਰੱਖ ਕੇ ਵੀ ਗੁਰਮੁਖ ਪਿਆਰੇ, ਕਿਉਂਕਿ ਮਹਾਂਪੁਰਖ ਬਚਨ ਕਰਦੇ, ਸਿੱਖਾਂ ਸਿਮਰਨ ਕਰਦਿਆਂ, ਬੰਦਗੀ ਕਰਦਿਆਂ ਬ੍ਰਹਮ ਗਿਆਨੀ ਬਣ ਜਾਏ, ਕਿਉਂਕਿ ਅਵਸਥਾ ਪਿਆਰੇ ਅਵਸਥਾ ਬਦਲਦੀ ਹੈ। ਇੱਕ ਬੰਦਾ ਦੁਨੀਆਂ ਦੀ ਨੌਕਰੀ ਕਰਦਾ, ਮੈਨੇਜਰ ਬਣ ਜਾਂਦਾ, ਡਾਇਰੈਕਟਰ ਬਣ ਜਾਂਦਾ, ਕੋਈ ਕਿਸੇ ਹੋਰ ਮਹਿਕਮੇ 'ਚ ਨੌਕਰੀ ਕਰਦਾ, ਥਾਣੇਦਾਰ ਬਣ ਜਾਂਦਾ, SP DSP ਬਣ ਜਾਂਦਾ, ਕੋਈ ਮੰਤਰੀ ਪ੍ਰਧਾਨ ਮੰਤਰੀ ਬਣ ਜਾਂਦਾ, ਦੁਨੀਆਂ ਦੇ ਵਿੱਚ ਪੋਸਟਾਂ ਨੇ, ਤੇ ਗੁਰਮਤ ਦੇ ਵਿੱਚ ਵੀ ਪੋਸਟ ਹੈ ਕੋ ਸਤਨਾਮ। ਕੋਈ ਸਿਮਰਨ ਕਰਕੇ, ਕੋਈ ਗੁਰੂ ਵਾਲਾ ਬਣ ਕੇ ਗੁਰਸਿੱਖ ਬਣ ਗਿਆ, ਸਿਮਰਨ ਕਰਕੇ ਮਹਾਂਪੁਰਖ ਬਣ ਗਿਆ, ਸਾਧੂ ਬਣ ਗਿਆ, ਤੇ ਕੋਈ ਬ੍ਰਹਮ ਗਿਆਨੀ ਬਣ ਗਿਆ, ਤੇ ਕੋਈ ਐਸਾ ਵੀ ਸਿਮਰਨ ਕਰ ਗਿਆ ਕਿ ਗੁਰੂ ਨਾਨਕ ਨੂੰ ਕਹਿਣਾ ਪੈ ਗਿਆ, ਉਹ ਲੈਣਿਆ ਅੱਜ ਤੂੰ ਗੁਰੂ ਨਾਨਕ ਬਣ ਗਿਆ ਕੋ ਸਤਨਾਮ। ਕਈ ਸਿਮਰਨ ਕਰਕੇ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਕਈ ਸਿਮਰਨ ਕਰਕੇ ਪੋਸਟਾਂ ਨੇ ਪਿਆਰਿਓ, ਅਧਿਕਾਰ ਦਿੱਤੇ ਮਾਲਕ ਨੇ। ਅੱਜ ਤਾਂ ਦੁਨੀਆਂ ਆਖਦੀ ਹੈ ਇਹ ਸੰਤ ਹੈ, ਅੱਜ ਦੁਨੀਆਂ ਆਖਦੀ ਹੈ ਭਗਤ ਹੈ, ਕਦੇ ਆਹ ਲਫ਼ਜ਼ ਮੇਰੇ ਮਾਲਕ ਨੇ ਆਪਣੇ ਮੁੱਖ ਤੋਂ ਗੁਰਸਿੱਖਾਂ ਨੂੰ ਆਖੇ ਸੀ? ਆਖੋ ਸਤਨਾਮ। ਆਖੇ ਪਿਆਰੇ, ਸੰਤ ਕਿਹਾ, ਗੁਰਮੁਖ ਕਿਹਾ, ਸਾਧੂ ਕਿਹਾ, ਸੱਜਣ ਵੀ ਕਿਹਾ, ਕੱਲ ਵੀ ਆਪ ਜੀ ਨੇ ਸਰਵਣ ਕੀਤਾ, ਬ੍ਰਹਮ ਗਿਆਨੀ ਆਖਿਆ, ਕਿਉਂਕਿ ਮਾਲਕ ਨੇ ਵਡਿਆਈ ਦਿੱਤੀ ਆਪਣੇ ਪਿਆਰਿਆਂ ਨੂੰ, ਜਿਨ੍ਹਾਂ ਜਿਨ੍ਹਾਂ ਨੇ ਗੁਰੂ ਦਾ ਸਿਮਰਨ ਕੀਤਾ ਹੈ। ਉਹ ਪਿਆਰਿਓ, ਸਾਰੇ ਜੱਗ ਵਿੱਚ ਬਾਰੇ ਗਤੀ ਕਰਦਾ ਹੈ, ਮੈਂ ਮੈਂ ਆਪਣੇ ਪਾਕਿਸਤਾਨ ਦੀ, ਸਾਰੇ ਜੱਗ ਵਿੱਚ ਬਾਰੇ ਗਤੀ ਕਰਦਾ ਹੈ, ਮੈਂ ਮੈਂ ਆਪਣੇ ਪਾਕਿਸਤਾਨ ਦੀ, ਭਗਤਾਂ ਦੀ,
ਉਹਨਾਂ ਦੀ ਵਡਿਆਈ ਆਪ ਕੀਤੀ ਮਾਲਕ ਨੇ। ਪੜੋ ਬਾਣੀ ਕਿਤੇ ਸੁਖਮਨੀ ਸਾਹਿਬ ਦੀ, ਆਖੋ ਸਤਨਾਮ, ਕਿੱਡੀ ਵਡਿਆਈ ਕੀਤੀ ਆਪਣੇ ਮੁਖ ਤੋਂ ਮਾਲਕ ਕਰ ਰਿਹਾ, ਆਪ ਦਾਤਾਂ ਦੇ ਰਿਹਾ। ਸਿੱਖੀ ਦਾਨ ਪਹਿਲਾ ਖੈਰ, ਕੇਸ ਦਾਨ ਦੂਜਾ ਖੈਰ, ਰਹਿਤ ਦਾਨ ਤੀਜਾ ਖੈਰ। ਉਹ ਗੁਰਸਿੱਖਾ ਕਦੇ ਸਤਿਗੁਰ ਦੇ ਚਰਨਾਂ ਚ ਬੇਨਤੀ ਕਰਿਆ ਕਰ, ਮਾਲਕ ਮੈਨੂੰ ਰਹਿਤ ਦੇ ਦੇ। ਰਹਿਤ ਮਰਿਆਦਾ ਨੂੰ ਕਹਿੰਦੇ ਨੇ ਆਖੋ ਸਤਨਾਮ। ਇੱਕ ਪਿਆਰਿਓ ਗੱਲ ਨੋਟ ਕਰ ਲੈਣਾ, ਘਰ ਦੀ ਮਰਿਆਦਾ ਵਿਗੜ ਜੇ ਨਾ, ਘਰ ਦੀ ਰਹਿਤ ਵਿਗੜ ਦੇ, ਘਰ ਖੇਰੂ ਖੇਰੂ ਹੋ ਜਾਂਦਾ। ਘਰ ਵਾਲੀ ਇੱਕ ਪਾਸੇ, ਘਰ ਵਾਲਾ ਕਿਤੇ, ਮਰਿਆਦਾ ਵਿਗੜ ਗਈ, ਬੱਚੇ ਕਹਿਣੇ ਤੋਂ ਬਾਹਰ ਹੋ ਗਏ। ਕਿਤੇ ਸਰੀਰ ਦੀ ਮਰਿਆਦਾ ਵਿਗੜ ਜਾਏ, ਹੌਸਪੀਟਲ ਵਿੱਚ ਬੰਦਾ ਚਲਿਆ ਜਾਂਦਾ ਹੈ, ਸਰੀਰ ਦਾ ਇੱਕ ਅੰਗ ਕੰਮ ਕਰਨਾ ਛੱਡ ਦੇਵੇ, ਪਿਆਰਿਓ ਅੱਖ ਆਪਣਾ ਕੰਮ ਕਰਨਾ ਛੱਡ ਦੇ, ਬੰਦਾ ਦੇਖਣਾ ਹਟ ਜਾਏਗਾ। ਆਖੋ ਸਤਨਾਮ। ਅੱਖ ਦੀ ਮਰਿਆਦਾ ਦੇਖਣਾ, ਕੰਨਾਂ ਦੀ ਮਰਿਆਦਾ ਸੁਣਨਾ ਧਰਮ ਹੈ, ਇਕੱਲੇ ਇਕੱਲੇ ਅੰਗ ਦਾ। ਪੈਰਾਂ ਦੀ ਮਰਿਆਦਾ ਤੁਰਨਾ, ਸਰੀਰ ਦਾ ਇੱਕ ਅੰਗ ਮਰਿਆਦਾ ਛੱਡ ਦੇਵੇ, ਸਰੀਰ ਨਕਾਰਾ ਹੋ ਜਾਏਗਾ, ਜ਼ਿੰਦਗੀ ਨਕਾਰਾ ਹੋ ਜਾਏਗੀ। ਪਿਆਰਿਓ ਜਿਸ ਦਿਨ ਗੁਰਸਿੱਖ ਦੇ ਜੀਵਨ ਦੇ ਅੰਗ ਵਿੱਚੋਂ ਮਰਿਆਦਾ ਦਾ ਇੱਕ ਅੰਗ ਵੀ ਭੰਗ ਹੋ ਗਿਆ, ਤੇ ਪਿਆਰਿਓ ਸਮਝ ਲੈਣਾ ਜੀਵਨ ਨਕਾਰਾ ਹੋ ਜਾਏਗਾ। ਕੋ ਸਤਨਾਮ। ਇਹ ਕਿਸੇ ਜੋਗਾ ਨਹੀਂ ਰਹਿਣਾ, ਇਹਦੀ ਮਰਿਆਦਾ ਬਣਾਈ ਹੈ, ਰਹਿਤ ਬਣਾਈ ਹੈ। ਇਹ ਪਿਆਰਿਓ ਖੈਰ ਕਦੇ ਬਾਜਾਂ ਵਾਲੇ ਦੇ ਚਰਨਾਂ ਚ ਮੰਗਿਆ ਕਰੋ। ਉਹ ਦੇਖੋ ਅਮਰ ਦੀ ਦਾਤ ਵਰਤ ਰਹੀ ਹੈ ਸਾਹਮਣੇ, ਕੋਠੀ ਦੇ ਵਿੱਚ ਪੰਜ ਪਿਆਰੇ ਅਮਰ ਦਾ ਬਾਟਾ ਤਿਆਰ ਕਰਦੇ ਨੇ, ਜਿਨ੍ਹਾਂ ਨੂੰ ਸੋਝੀ ਆ ਗਈ, ਇਹਨਾਂ ਨੇ ਖੈਰ ਮੰਗਿਆ ਬਾਜਾਂ ਵਾਲਿਆਂ, ਮੈਨੂੰ ਰਹਿਤ ਦਾਨ ਦੇ। ਆਖੋ ਸਤਨਾਮ। ਮੰਗਿਆ ਉਹਨਾਂ ਨੇ ਰਹਿਤ ਦਾਨ, ਤੇ ਵਿਵੇਕ ਦਾਨ। ਆਖੋ ਸਤਨਾਮ। ਵਿਵੇਕ ਕਿਹਨੂੰ ਕਹਿੰਦੇ ਨੇ? ਦੁਆਰਤ ਕਰਦੇ ਮਹਾਂਪੁਰਖ, ਪਹਿਲਾਂ ਵਿਵੇਕ ਦੋ ਤੋਂ ਇੱਕ ਹੋ ਜਾਣਾ, ਤੇ ਦੂਜਾ ਵਿਵੇਕ ਗਿਆਨ ਦੀ ਅੱਖ ਨਾਲ ਹਰ ਚੀਜ਼ ਨੂੰ ਵੇਖਣਾ। ਆਖੋ ਸਤਨਾਮ। ਬਾਣੀ ਦੀ ਅੱਖ ਨਾਲ ਦੇਖਣਾ, ਜਿਹਨਾਂ ਨੇ ਬਾਣੀ ਦੀ ਅੱਖ ਨਾਲ ਦੇਖਿਆ ਗਿਆਨ ਹੋ ਗਿਆ। ਗਿਆਨ ਅੰਜਨ ਗੁਰਦੀਆ, ਅਗਿਆਨ ਅਧੇਰ ਬਿਨਾਸ਼। ਹਾਏ ਹਾਏ, ਜਿਹਨਾਂ ਦੇ ਅੰਦਰ ਗਿਆਨ ਸ਼ਬਦ ਆ ਹੋ ਗਿਆ ਨਾ ਪਿਆਰਿਓ, ਵਿਵੇਕ ਦਾਨ ਉਹਨਾਂ ਦੇ ਹਿਰਦੇ ਵਿੱਚ ਟਿਕ ਗਿਆ। ਜਦੋਂ ਕੰਮ ਕਰਦੇ ਨੇ ਪਹਿਲਾਂ ਦੇਖਦੇ ਨੇ, ਆਹ ਜਿਹੜਾ ਕੰਮ ਹੈ ਇਹਨੂੰ ਗੁਰਬਾਣੀ ਅਲਾਊਡ ਕਰਦੀ ਹੈ ਕਿ ਨਹੀਂ ਕਰਦੀ ਦੇਖਣਾ। ਜਿਹੜਾ ਕੰਮ ਮੈਂ ਕਰਨ ਲੱਗਿਆ, ਜਿਹੜੀ ਮੈਂ ਹਰਕਤ ਕਰਦਾ ਹੈ, ਇਹ ਗੁਰੂ ਸਾਹਿਬ ਪਸੰਦ ਵੀ ਕਰਦੇ ਆ ਕਿ ਨਹੀਂ ਕਰਦੇ। ਆਖੋ ਸਤਨਾਮ। ਵਿਵੇਕ ਹਿਰਦੇ ਵੀ ਸੋਝੀ ਆ ਜਾਏ ਸ਼ਬਦ ਦੀ। ਆ ਦੇਖ ਲਓ ਪਿਆਰਿਓ, ਜਿਹੜਾ ਬੱਚਾ ਮਾਂ ਬਾਪ ਦੀ ਇੱਜ਼ਤ ਨਹੀਂ ਕਰਦਾ, ਲਿਹਾਜ਼ ਨਹੀਂ ਕਰਦਾ, ਉਹਨੂੰ ਕੀ ਕਹਿੰਦੇ ਨੇ? ਪਾਗਲ ਕਹਿੰਦੇ ਨਾ, ਤੇ ਪਾਗਲ ਨੂੰ ਬਾਣੀ ਚ ਬੌਰਾ ਆਖਿਆ। ਆਖੋ ਸਤਨਾਮ। ਬੌਰਾ ਸ਼ਬਦ ਦੋ ਥਾਈ ਵਰਤਿਆ ਗਿਆ, ਇੱਕ ਬੌਰਾ ਸ਼ਬਦ ਵਰਤਿਆ ਦੁਨੀਆਂ ਦੇ ਉਸ ਬੰਦੇ ਵਾਸਤੇ ਜਿਹਨੂੰ ਬਿਲਕੁਲ ਸੋਚੀ ਨੀ ਪਿਆਰਿਓ, ਇੱਕੋ ਵੀ ਬੌਰਾ। ਕਦੇ ਪਾਗਲ ਬੰਦਾ ਦੇਖਿਆ? ਪਾਗਲ ਕਿਹਨੂੰ ਕਹਿੰਦੇ ਨੇ? ਸੜਕ ਚੱਲਦੀ ਹੈ, ਸੜਕ ਦੇ ਵਿਚਾਲੇ ਖੜਿਆ, ਹਾਰਨ ਵੱਜਦੇ ਨੇ, ਕੋਈ ਪਿੱਛੇ ਖਿੱਚਦਾ ਉਧਰ ਖਿੱਚਦਾ, ਉਹਨੂੰ ਪਤਾ ਹੀ ਨਹੀਂ ਮੈਂ ਕਿੱਥੇ ਖੜਿਆ। ਆਖੋ ਸਤਨਾਮ। ਉਹਨੂੰ ਸੋਝੀ ਨਹੀਂ, ਨਾ ਉਹਨੂੰ ਖਾਣ ਦੀ ਸੋਝੀ, ਨਾ ਉਹਨੂੰ ਪਹਿਨਣ ਦੀ ਸੋਝੀ। ਕਦੇ ਦੇਖਿਆ ਪਾਗਲ ਰੰਗੇ ਘੁੰਮਦੇ? ਆਖੋ ਸਤਨਾਮ। ਸੱਚ ਸਿੱਖਾ ਅੱਜ ਤੂੰ ਵੀ ਬੌਰਾ ਹੋ ਗਿਆ, ਤੈਨੂੰ ਸੋਝੀ ਨਹੀਂ, ਤੈਨੂੰ ਅੱਜ ਖਾਣ ਦੀ ਸੋਝੀ ਨਹੀਂ, ਤੈਨੂੰ ਅੱਜ ਪਹਿਨਣ ਦੀ ਸੋਝੀ ਨਹੀਂ, ਤੈਨੂੰ ਇਹ ਨਹੀਂ ਪਤਾ ਵੀ ਪਹਿਨਣਾ ਕਿਵੇਂ। ਆਖੋ ਸਤਨਾਮ। ਗੁਰੂ ਨੇ ਕੁਝ ਹੋਰ ਪਹਿਨਣਾ ਦੱਸਿਆ ਸੀ, ਅੱਜ ਤੈਨੂੰ ਖਾਣ ਦੀ ਸੋਝੀ ਨਹੀਂ ਰਹੀ। ਜਿਹੜੀਆਂ ਚੀਜ਼ਾਂ ਤੋਂ ਗੁਰੂ ਨੇ ਖਾਣ ਤੋਂ ਰੋਕਿਆ, ਤੂੰ ਖਾਈ ਜਾ ਰਿਹਾ। ਆਖੋ ਸਤਨਾਮ।
ਤੇਰੀ ਹਾਲਤ ਬੌਰਿਆਂ ਵਰਗੀ ਹੋ ਗਈ। ਬੌਰੇ ਬੰਦੇ ਨੇ ਨੀ ਪਤਾ ਮੈਂ ਜਾਣਾ ਕਿੱਥੇ ਹੈ, ਮੈਂ ਰਹਿਣਾ ਕਿੱਥੇ ਹੈ। ਅੱਜ ਯਾਦ ਤੈਨੂੰ ਵੀ ਨੀ ਕਿ ਮੈਂ ਜਾਣਾ ਕਿੱਥੇ ਸੀ, ਜਾਣਾ ਤਾਂ ਸੀ ਸੰਗਤ ਵਿੱਚ, ਇਹ ਤਾਂ ਹੋਰ ਪਾਸੇ ਤੁਰ ਪਿਆ। ਆਖੋ ਸਤਨਾ, ਜਾਣਾ ਤਾਂ ਸੀ ਗੁਰੂ ਦੇ ਕੋਲ, ਇਹ ਤਾਂ ਹੋਰ ਪਾਸੇ ਚਲਿਆ ਗਿਆ, ਬੌਰਾ ਹੋ ਗਿਆ, ਇਹ ਵੀ ਬੌਰਾ। ਪਰ ਦੂਜੇ ਪਾਸੇ ਬਾਬੇ ਕਬੀਰ ਵਰਗੇ ਬੌਰੇ ਵੀ ਬੈਠੇ। ਆਖੋ ਸਤਨਾ, ਕਬੀਰ ਕਹਿੰਦਾ ਦੁਨੀਆਂ ਦੇ ਲੋਕੋ ਮੈਂ ਬੌਰਾ। ਆਏ ਹਾਏ, ਪਾਗਲ, ਦੁਨੀਆਂ ਦਾ ਪਾਗਲ ਤੇ ਰੱਬ ਦਾ ਪਾਗਲ, ਬੜਾ ਫਰਕ ਹੈ ਪਿਆ। ਦੁਨੀਆਂ ਦਾ ਪਾਗਲ ਹੋਵੇ ਸੋਝ ਨਹੀਂ ਰਹਿੰਦੀ, ਪਰ ਇੱਕ ਪਾਸੇ ਕਬੀਰ ਵਰਗੇ ਬੌਰੇ ਬੈਠੇ ਨੇ, ਤਿੰਨ ਲੋਕ ਦਾ ਗਿਆਨ। ਆਖੋ ਸਤਨਾ, ਤਿੰਨ ਲੋਕ ਦੀ ਸੋਝੀ, ਕਿਤੇ ਇਸ ਤਰ੍ਹਾਂ ਦਾ ਬੌਰਾ ਬਣ ਤੈਨੂੰ ਤਿੰਨ ਲੋਕ ਦੀ ਸੋਝੀ ਹੋ ਜਾਏ। ਉਹ ਪਿਆਰਿਆ, ਉਹ ਤੈਨੂੰ ਤਾਂ ਆਪਣੇ ਆਪ ਦੀ ਸੋਝੀ ਨਹੀਂ ਰਹੀ, ਬਾਣੀ ਨੇ ਆਖਿਆ ਆ ਦੇਖੋ ਦੁਨੀਆਂ ਕੀ ਕਰਦੀ ਫਿਰਦੀ ਹੈ। ਜਗ ਬੌਰਾ ਫਿਰਦਾ ਜੀ ਗੁਰੂ ਦੀ ਮੱਤ ਬਿਨਾ, ਜਗ ਬੌਰਾ ਫਿਰਦਾ ਹੈ ਗੁਰੂ ਦੀ ਮੱਤ ਬਿਨਾ। ਜਗ ਕਮਲਾ ਫਿਰਦਾ ਹੈ, ਕਮਲਾ ਫਿਰਦਾ ਹੈ, ਜਗ ਕਮਲਾ ਫਿਰਦਾ ਹੈ, ਜਗ ਕਮਲਾ। ਜਗ ਕਮਲਾ ਜਗ ਕਮਲਾ ਫਿਰਦਾ ਹੈ ਬਾਣੀ ਦੀ ਮੱਤ ਬਿਨਾ, ਕਮਲਾ ਫਿਰਦਾ ਹੈ ਗੁਰੂ ਦੀ ਮੱਤ ਬਿਨਾ। ਜਗ ਜਗ ਕਮਲਾ ਕਿਤੇ ਗਿਆਨ ਦੀ ਅੱਖ ਮਿਲ ਜਾਏ, ਕਿਤੇ ਗੁਰੂ ਦੀ ਬਾਣੀ ਦੀ ਸੋਝੀ ਆ ਜਾਏ, ਇਹਨੂੰ ਪਤਾ ਲੱਗ ਜਾਏ ਮੈਂ ਕਰਨਾ ਕੀ ਆ। ਕੋ ਸਤਨਾ, ਉਹ ਪਿਆਰਿਓ, ਪੰਜ ਕੋਸ਼ ਦੱਸੇ ਨੇ ਵਿਦਵਾਨਾਂ ਨੇ, ਪੰਜ ਕੋਸ਼। ਇੰਨਾ ਸਮਾਂ ਨਹੀਂ ਕਿ ਵਿਚਾਰ ਕਰੀਏ, ਪੰਜ ਕੋਸ਼ ਤੇ ਦੋ ਕੋਸ਼ਾਂ ਵਿੱਚ ਸੰਸਾਰ ਫਿਰਦਾ। ਤੇ ਪਹਿਲਾ ਕੋਸ਼ ਕੀ ਹੈ? ਪਹਿਲਾ ਕੋਸ਼ ਪਿਆਰਿਓ ਕਿ ਦੁਨੀਆਂ ਦੇ ਬੰਦੇ ਨੇ ਦੁਨੀਆਂ ਵਿੱਚ ਚੱਜ ਦਾ ਰਹਿਣਾ ਸਿੱਖ ਲਿਆ। ਕੋ ਸਤਨਾ, ਤਨਵੇਂ ਕੋਸ਼ ਚੰਗਾ ਰਹਿਣਾ, ਚੰਗੇ ਵਸਤਰ ਪਾਉਣੇ, ਚੰਗੀ ਜਗ੍ਹਾ ਤੇ ਰਹਿਣਾ, ਚੰਗਾ ਮਕਾਨ ਬਣਾ ਲਿਆ, ਇਹ ਪਹਿਲਾ ਕੋਸ਼ ਹੈ। ਤੇ ਦੂਜਾ ਕੋਸ਼ ਹੈ ਪਿਆਰਿਓ ਕਿ ਚੰਗਾ ਖਾਣਾ,
ਸਿਹਤ ਵਾਸਤੇ ਚੰਗੀਆਂ ਚੰਗੀਆਂ ਚੀਜ਼ਾਂ ਦਾ ਸੇਵਨ ਕਰਨਾ, ਸਿਹਤ ਦਾ ਧਿਆਨ ਰੱਖਣਾ, ਇਹ ਦੂਜੇ ਕੋਸ਼ ਤੱਕ ਸੰਸਾਰ ਰਹਿੰਦਾ ਤੇ ਤੀਜਾ ਕੋਸ਼ ਹੈ ਮਨਮਈ ਕੋਸ਼। ਆਖੋ ਸਤਨਾਮ। ਮਨਮਈ ਕੋਸ਼ ਕਿਹਨਾਂ ਨੂੰ ਮਿਲਦਾ ਪਿਆਰਿਓ? ਸਤਸੰਗੀਆਂ ਨੂੰ। ਮਨਮਈ ਕੋਸ਼ ਕੀ? ਸੰਗਤ ਕਰਦਿਆਂ ਕਰਦਿਆਂ, ਬਾਣੀ ਸੁਣਦਿਆਂ ਸੁਣਦਿਆਂ, ਮਹਾਂਪੁਰਖਾਂ ਦੇ ਵਿਚਾਰ ਸੁਣਦਿਆਂ ਸੁਣਦਿਆਂ ਇਹਦੇ ਅੰਦਰ ਵੈਰਾਗ ਜਾਗ ਪਿਆ, ਇਹਨੂੰ ਗਿਆਨ ਹੋ ਗਿਆ, ਇਹਦੇ ਜਿਹੜੇ ਆਪਣੇ ਵਿਚਾਰ ਸੀ ਨਾ ਸ਼ੁੱਧ ਹੋ ਗਏ। ਅੱਜ ਇਹ ਚੰਗਾ ਸੋਚਦਾ ਹੈ, ਚੰਗਾ ਕਰਦਾ ਹੈ। ਜਿਹਦੇ ਅੰਦਰ ਚੰਗੀ ਸੋਚਣੀ ਪੈਦਾ ਹੋ ਜਾਏ, ਸਮਝ ਲਓ ਮਨਮਈ ਕੋਸ਼ ਵਿੱਚ ਪਹੁੰਚ ਗਿਆ। ਕੋ ਸਤਨਾਮ। ਤੀਜੀ ਜਗ੍ਹਾ ਤੇ ਮਨਮਈ ਕੋਸ਼। ਪਿਆਰਿਓ, ਮਨਮਈ ਕੋਸ਼ ਤੋਂ ਬਹੁਤ ਬੰਦੇ ਅੱਗੇ ਨਹੀਂ ਜਾਂਦੇ, ਇੱਥੇ ਰਹਿ ਜਾਂਦੇ ਨੇ। ਚੰਗਾ ਸੋਚਦੇ ਜ਼ਰੂਰ ਨੇ ਕਿ ਅੱਜ ਨਿਤਨੇਮ ਕਰਾਂਗੇ, ਚੰਗਾ ਸੋਚ ਲੈਣਾ ਚ ਮੈਂ ਸੇਵਾ ਕਰਾਂਗਾ, ਪਰ ਕਰਦਾ ਨਹੀਂ। ਆਖੋ ਸਤਨਾਮ। ਸੋਚਣ ਦੇ ਨਾਲ ਨਹੀਂ ਕੁਝ ਬਣਦਾ। ਸੋਚਾਂ ਤਾਂ ਬੜੀਆਂ ਸੋਚਦਾ ਕਿ ਅੱਜ ਅੰਮ੍ਰਿਤ ਵੇਲੇ ਉੱਠਣਾ, ਪਰ ਉੱਠਦਾ ਨਹੀਂ। ਆਖੋ ਸਤਨਾਮ। ਇਹ ਸੋਚਦਾ ਕਿ ਸੰਗਤ ਕਰਨੀ, ਕਿਸੇ ਨੂੰ ਮਾੜਾ ਨਹੀਂ ਕਹਿਣਾ, ਪਰ ਨਿੰਦਿਆ ਫੇਰ ਵੀ ਕਰ ਜਾਂਦਾ। ਇਹ ਸੋਚਦਾ ਜਿਸ ਤੋਂ ਬਾਅਦ ਮਾੜਾ ਛਕਣਾ ਨਹੀਂ, ਪਰ ਫੇਰ ਛਕ ਜਾਂਦਾ, ਇੱਥੇ ਰੁਕ ਗਿਆ। ਪਿਆਰਿਓ, ਇਸ ਤੋਂ ਅੱਗੇ ਇੱਕ ਹੋਰ ਵੀ ਆਨੰਦ ਹੈ, ਜਿਹੜੇ ਗੁਰਮੁਖ ਪਿਆਰੇ ਜਾਗ ਆ ਗਈ। ਆਖੋ ਸਤਨਾਮ। ਜਾਗ ਆ ਜਾਣੀ, ਜਾਗਦਾ ਕੀ? ਸਤਿਗੁਰ ਕਹਿੰਦੇ ਸਿੱਖਾ ਉੱਠ, ਹੋਸ਼ ਵਿੱਚ ਉੱਠ, ਕਦੇ ਬੈਠ ਹੋਸ਼ ਵਿੱਚ ਬੈਠ, ਕਿਤੇ ਗੱਲ ਕਰ ਹੋਸ਼ ਵਿੱਚ ਗੱਲ ਕਰ। ਆਖੋ ਸਤਨਾਮ। ਚੌਥਾ ਕੋਸ਼ ਹੈ ਪਿਆਰੇ, ਅੱਜ ਦੁਨੀਆਂ ਬੇਹੋਸ਼ੀ ਵਿੱਚ ਤੁਰੀ ਫਿਰਦੀ ਹੈ। ਦੁਨੀਆਂ ਯਾਦ ਰੱਖਣਾ, ਆਪਾਂ ਵਿੱਚ ਹਾਂ, ਦਸ ਵੀ ਵਿੱਚ ਹੈ, ਬੇਹੋਸ਼ੀ ਹੈ। ਭਾਈ ਜੀਵੇ ਨੇ ਅਰਦਾਸ ਕੀਤੀ, ਐ ਸੱਚੇ ਪਾਤਸ਼ਾਹ, ਮੈਂ ਤੇਰੇ ਵਾਸਤੇ ਖਿਚੜੀ ਲੈ ਕੇ ਆ ਰਿਹਾ, ਹਨੇਰੀ ਬੰਦ ਕਰ ਦੇ। ਆਖੋ ਸਤਨਾਮ। ਇੱਕ ਵਾਰੀ ਆਖਿਆ, ਹਨੇਰੀ ਬੰਦ ਹੋ ਗਈ, ਖਿਚੜੀ ਲੈ ਕੇ ਚੱਲਿਆ ਗਿਆ। ਸਤਿਗੁਰ ਕਹਿੰਦੇ ਜੀਵਾ, ਓਹੋ, ਮੇਰੇ ਵਾਸਤੇ ਖਿਚੜੀ ਲੈ ਕੇ ਆਇਆ, ਮੈਨੂੰ ਖਿਚੜੀ ਛਕਾਉਣ ਵਾਸਤੇ ਹਨੇਰੀ ਨੂੰ ਬੰਦ ਕਰਵਾ ਦਿੱਤਾ। ਇੱਕ ਨੂੰ ਖਿਚੜੀ ਛਕਾਈ ਹੈ ਤੇ ਹਜ਼ਾਰਾਂ ਦੀ ਖਿਚੜੀ ਤੂੰ ਬੰਦ ਕਰ ਦਿੱਤੀ। ਆਖੋ ਸਤਨਾਮ। ਪਤਾ ਨਹੀਂ ਇਸ ਹਨੇਰੀ ਨਾਲ ਮਾਲਕ ਨੇ ਕਿੰਨਿਆਂ ਦੇ ਕਾਰਜ ਸਵਾਰਨੇ ਸੀ, ਕਿੰਨਿਆਂ ਦੀ ਭੁੱਖ ਮਿਟਾਉਣੀ ਸੀ, ਕੀ ਕੁਝ ਕਰਨਾ ਸੀ। ਅਰਦਾਸ ਤੋਂ ਕੀਤੀ ਜ਼ਰੂਰ ਹੈ, ਸਿੱਖਾ ਅਰਦਾਸ ਜ਼ਰੂਰ ਕਰਨੀ ਗੁਰੂ ਦੇ ਅੱਗੇ, ਪਰ ਕਦੇ ਸੋਚ ਕੇ ਕਰ। ਆਖੋ ਸਤਨਾਮ। ਕਦੇ ਵਿਚਾਰ ਨਾਲ ਕਰ। ਸਤਿਗੁਰ ਕਹਿੰਦੇ ਦੱਸ, ਤੂੰ ਅੱਜ ਅਰਦਾਸ ਕਰ ਦਿੱਤੀ, ਸਿੱਖ ਦਾ ਵਚਨ ਮੇਰੇ ਤੋਂ ਮੋੜਿਆ ਨਹੀਂ ਜਾਂਦਾ। ਪਰ ਮਾਲਕ ਕਹਿੰਦੇ ਮੈਂ ਵਾਹਿਗੁਰੂ ਦੀ ਦਰਗਾਹ ਵਿੱਚ ਸਿਰ ਨੀਵਾਂ ਮੇਰਾ ਹੋ ਗਿਆ, ਮੈਂ ਕਿਵੇਂ ਵਾਹਿਗੁਰੂ ਨੂੰ ਆਖਾਂ ਕਿ ਆਹ ਤੂੰ ਕੰਮ ਚੰਗਾ ਨਹੀਂ ਕਰਦਾ, ਇਹਨੂੰ ਬੰਦ ਕਰ। ਆਖੋ ਸਤਨਾਮ। ਸਿੱਖ ਤਾਂ ਕਹਿੰਦਾ ਸਤਿਗੁਰ ਅਰਦਾਸ ਮੇਰੀ ਪੂਰੀ ਹੋਵੇ, ਹਨੇਰੀ ਬੰਦ ਹੋ ਜੇ, ਮੈਂ ਤਾਂ ਬੰਦ ਕਰ ਦਿੱਤੀ, ਮੈਂ ਹੁਣ ਅਕਾਲ ਪੁਰਖ ਨੂੰ ਕਿਹੜਾ ਮੁੱਖ ਦਿਖਾਵਾਂ। ਆਖੋ ਸਤਨਾਮ। ਵਜੀਦਾ ਕੌਣ ਸਾਹਿਬ ਨੂੰ ਆਖੇ ਉਹ ਨੀ ਇੰਜ ਕਰ, ਕਿਵੇਂ ਆਖਾਂ ਹਨੇਰੀ? ਸਤਿਗੁਰ ਕਹਿੰਦੇ ਸਿੱਖ ਅਰਦਾਸ ਕਿਹੜੀ ਕਰਨੀ ਹੈ, ਮੰਗਣਾ ਤਾਂ ਸਾਰਾ ਕੁਝ ਹੈ। ਪਰ ਇੱਕ ਮਾਲਕ ਕਹਿੰਦੇ ਨੇ ਬਾਰਵਾਂ ਛੱਕਾ ਸਦੀ ਵਾਰ ਦਾ, ਜਿਉਂ ਭਾਵੈ ਤਿਉਂ ਅਰਦਾਸ ਤੇਰੀ ਹੋਵੇ, ਹਮ ਸ਼ਰਨ ਪ੍ਰਵੇ ਆਏ। ਮਾਲਕ ਅਰਦਾਸ ਮੈਂ ਕਰਦੇ, ਮੈਂ ਤੇਰੇ ਦਰਗਾਹ ਵਿੱਚ ਆ ਗਿਆ, ਤੇਰੀ ਸ਼ਰਨ ਵਿੱਚ ਆ ਗਿਆ, ਹੁਣ ਜਿਵੇਂ ਤੈਨੂੰ ਪਾਉਂਦਾ ਉਵੇਂ ਰੱਖ ਲੈ, ਜਿਵੇਂ ਤੇਰੀ ਮਰਜ਼ੀ, ਕਿਉਂਕਿ ਮੈਂ ਤੇਰੇ ਨਾਲੋਂ ਜ਼ਿਆਦਾ ਸਿਆਣਾ ਤਾਂ ਨਹੀਂ, ਤੈਨੂੰ ਤਾਂ ਬਹੁਤ ਕੁਛ ਪਤਾ, ਤੈਨੂੰ ਤਾਂ ਖੰਡਾਂ ਬ੍ਰਹਿਮੰਡਾਂ ਦਾ ਪਤਾ, ਕਿੱਥੇ ਕੀ ਹੋ ਰਿਹਾ, ਮੈਨੂੰ ਤਾਂ ਆਪਣੇ ਆਪ ਦਾ ਨਹੀਂ ਹਜੇ ਪਤਾ। ਆਖੋ ਸਤਨਾਮ।
ਆ ਤਾਂ ਮਨ ਪਲ ਪਲ ਬਦਲਦਾ, ਗੁਰੂ ਦੇ ਅੱਗੇ ਖੜ ਕੇ ਵੀ ਬਦਲ ਜਾਂਦਾ। ਤੁਹਾਨੂੰ ਅਰਦਾਸ ਕਰਨੀ ਸੀ, ਕਾਹਨੂੰ ਆਉਣਾ ਸੀ? ਇਹ ਤਾਂ ਗੁਰੂ ਨਾਲ ਵਾਅਦਾ ਕਰਕੇ ਮੁੱਕਰ ਜਾਂਦਾ। ਸਤਿਗੁਰ ਕਹਿੰਦੇ ਕਦੇ ਹੋਸ਼ ਨਾਲ ਗੱਲ ਕਰ, ਕਦੇ ਹੋਸ਼ ਨਾਲ ਬੈਠ, ਕਿਤੇ ਹੋਸ਼ ਨਾਲ ਤੁਰ। ਜਿਨ੍ਹਾਂ ਨੂੰ ਹੋਸ਼ ਆਈ ਨਾ ਪਿਆਰਿਓ, ਹਾਏ ਹਾਏ, ਆ ਦੇਖ ਲਓ। ਧੰਨ ਗੁਰੂ ਨਾਨਕ ਸਾਹਿਬ ਰਾਮ ਕਰਦੇ, ਮਾਤਾ ਕਹਿੰਦੀ ਦਾਸੀ ਨੂੰ, ਦਾਸੀ ਹਾਂ ਮਾਤਾ, ਕਹਿੰਦੇ ਜਾ ਨਾਨਕ ਨੂੰ ਜਗਾ ਕੇ ਲਿਆ। ਦਾਸੀ ਚਲੀ ਗਈ, ਗੁਰੂ ਨਾਨਕ ਸਾਹਿਬ ਆਰਾਮ ਕਰਦੇ ਜਾ ਕੇ ਕੀ ਦੇਖਿਆ, ਚਰਨ ਨੰਗੇ ਨੇ, ਚਰਨਾਂ ਨਾਲ ਸੀਸ ਲਾ ਦਿੱਤਾ, ਛੁਹਾ ਦਿੱਤਾ, ਕੋ ਸਤਨਾ ਗੌਰ ਕਰਿਓ, ਸੀਸ ਲਾਉਣ ਦੀ ਦੇਰ ਸੀ। ਕਹਿੰਦੇ ਗਿਆਨ ਹੋ ਗਿਆ, ਕਿਉਂਕਿ ਹਿਰਦਾ ਸ਼ੁੱਧ ਸੀ, ਸੇਵਾ ਬੜੀ ਕੀਤੀ, ਗਿਆਨ ਹੋਇਆ। ਨਜ਼ਾਰੇ ਤੱਕਦੀ ਹੈ, ਕਿੰਨਾ ਹੀ ਸਮਾਂ ਲੰਘ ਗਿਆ, ਮਾਤਾ ਆਵਾਜ਼ਾਂ ਮਾਰਦੀ, ਦਾਸੀਏ ਤੈਨੂੰ ਜਗਾਉਣ ਭੇਜਿਆ ਸੀ, ਨਾਨਕ ਨੂੰ ਕਿੱਥੇ ਚਲੀ ਗਈ? ਕੋਈ ਆਵਾਜ਼ ਨਾ ਆਈ। ਮਾਤਾ ਜੀ ਦੇਖਣ ਆਏ, ਕੀ ਦੇਖਿਆ? ਦਾਸੀ ਤਾਂ ਸੁੱਧ ਬੁੱਧ ਖੋ ਬੈਠੀ ਆ, ਕੋ ਸਕਣਾ, ਮਾਲਕ ਦੇ ਚਰਨ ਨਾਲ ਸਿਰ ਲਾ ਕੇ ਬੈਠੀ ਹੈ। ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਹਲਾਇਆ ਬਾਂਹ ਤੋਂ ਫੜ ਕੇ, ਦਾਸੀ ਕੀ ਕਰਦੀ ਹੈ? ਤੂੰ ਜਗਾਉਣ ਭੇਜਿਆ ਸੀ ਨਾਨਕ ਨੂੰ, ਤੂੰ ਤਾਂ ਆਪ ਸੌਂਗੀ। ਕਹਿਣ ਲੱਗੀ ਮਾਂ, ਗੁਰੂ ਨਾਨਕ ਤਾਂ ਕਿਸੇ ਗੁਰਸਿੱਖ ਦਾ ਬੇੜਾ ਬੰਨੇ ਲਾ ਰਹੇ, ਅੱਖਾਂ ਨਾਲ ਦੇਖ ਰਹੀ, ਅੰਦਰਲੀ ਅੱਖ ਨਾਲ ਸਤਨਾ। ਮਾਤਾ ਜੀ ਹੱਸ ਪਏ, ਕਹਿਣ ਲੱਗੇ ਦਾਸੀਏ, ਅੱਗੇ ਨਾਨਕ ਨੂੰ ਲੋਕੀ ਪਗਲਾ ਕਹਿੰਦੇ ਸੀ, ਝੱਲਾ ਕਹਿੰਦੇ ਸੀ, ਦੀਵਾਨਾ ਕਹਿੰਦੇ ਸੀ, ਅੱਜ ਪਤਾ ਲੱਗਿਆ ਇੱਥੇ ਦਾਸੀਆਂ ਵੀ ਪਾਗਲ ਹੋ ਗਈਆਂ, ਦਾਸੀਆਂ ਵੀ ਪੁੱਠੀਆਂ ਗੱਲਾਂ ਕਰਦੀਆਂ ਨੇ। ਦਾਸੀ ਨੇ ਮਾਤਾ ਜੀ ਦੇ ਚਰਨ ਫੜ ਲਏ, ਮਾਤਾ ਜੀ ਅੱਜ ਤੋਂ ਬਾਅਦ ਬੇਸ਼ੱਕ ਪਾਗਲ ਮੈਨੂੰ ਕਹਿ ਦਿੰਦੇ, ਅੱਜ ਤੋਂ ਬਾਅਦ ਤਾਂ ਮੈਨੂੰ ਝੱਲੀ ਕਹਿ ਦਿੰਦੇ, ਕੋਈ ਗੱਲ ਨਹੀਂ ਸੀ, ਪਰ ਅੱਜ ਤਾਂ ਨਾ ਝੱਲੀ ਆਖੋ, ਆਖੋ ਸਤਨਾ। ਕਿਉਂ ਕੀ ਗੱਲ? ਕਹਿੰਦੀ ਹੋਸ਼ ਅੱਜ ਆਈ ਹੈ, ਅੱਖ ਅੱਜ ਖੁੱਲੀ ਹੈ ਮੇਰੀ, ਅੱਜ ਤੋਂ ਪਹਿਲਾਂ ਤਾਂ ਮੈਂ ਬੇਹੋਸ਼ ਪਈ ਸੀ, ਪਾਗਲ ਸੀ, ਅੱਜ ਮੇਰੀ ਅੱਖ ਖੁੱਲੀ, ਅੱਜ ਪਤਾ ਲੱਗਿਆ, ਤੇ ਆਈ ਕਾਹਦੇ ਵਾਸਤੇ ਹੈ? ਤਿੰਨ ਲੋਕ ਦਾ ਗਿਆਨ ਹੋ ਗਿਆ, ਆਖੋ ਸਤਨਾ। ਜਿਹਨਾਂ ਨੂੰ ਹੋਸ਼ ਆ ਗਈ ਪਿਆਰਿਓ, ਉਹ ਮਹਾਂਪੁਰਖ ਧਾਰਨਾ ਪੜ੍ਹਦੇ, ਜਿਹਨਾਂ ਨੂੰ ਹੋਸ਼ ਆਈ ਹੈ, ਆ ਪਤਾ ਉਹਨਾਂ ਨੂੰ ਅੱਗੇ। ਹਰ ਦਮ ਰੱਖੀਏ ਯਾਦ ਵੇਲਾ ਮਰਨੇ ਦਾ, ਹਰ ਦਮ ਰੱਖੀਏ ਯਾਦ ਵੇਲਾ ਮਰਨੇ ਦਾ, ਹਰ ਦਮ ਰੱਖੀਏ ਯਾਦ, ਹਰ ਦਮ ਰੱਖੀਏ, ਹਰ ਦਮ ਰੱਖੀਏ ਯਾਦ ਵੇਲਾ ਮਰਨੇ ਦਾ, ਹਰ ਦਮ ਰੱਖੀਏ ਯਾਦ ਵੇਲਾ ਮਰਨੇ ਦਾ, ਹਰ ਦਮ ਰੱਖੀਏ, ਜਿਨ੍ਹਾਂ ਦੀ ਗਿਆਨ ਦੀ ਅੱਖ ਖੁੱਲ ਗਈ। ਧੰਨ ਦਸ਼ਮੇਸ਼ ਪਿਤਾ, ਆ ਛੋਟੀ ਜਿਹੀ ਗੱਲ ਕਹਿਣੀ ਪਿਆ, ਜਦੋਂ ਰਾਮ ਰਾਏ ਨਾਲ ਮਿਲਾਪ ਹੋਇਆ ਨਾ ਜੀ, ਬਾਜਾਂ ਵਾਲਿਆਂ ਦਾ, ਰਾਮ ਰਾਏ ਦੇ ਸੇਵਕ ਧੰਨ ਦਸ਼ਮੇਸ਼ ਪਿਤਾ ਵੱਲ ਪਿੱਠ ਕਰਕੇ ਖੜ ਗਏ, ਆਖੋ ਸਤਨਾਮ, ਪਿੱਠ ਕਰਕੇ ਮਿਲਾਪ ਹੋਇਆ, ਦੋਨੋਂ ਵਿਛੜੇ। ਬਾਜਾਂ ਵਾਲਿਆਂ ਨੇ ਆਪਣੇ ਸੇਵਕਾਂ ਨੂੰ, ਗੁਰਸਿੱਖਾਂ ਨੂੰ ਪੁੱਛਿਆ, ਗੁਰਸਿੱਖੋ
ਜਦੋਂ ਰਾਮ ਰਾਏ ਮੇਰੇ ਸਾਹਮਣੇ ਖੜਿਆ ਸੀ, ਉਹਦੇ ਸੇਵਕ ਮੇਰੇ ਵੱਲ ਪਿੱਠ ਕਰਕੇ ਖੜੇ ਸੀ ਤੇ ਰਾਮ ਰਾਏ ਮੇਰੇ ਨਾਲ ਗੱਲ ਕਰਦਾ ਸੀ। ਉਹਦੇ ਸੇਵਕਾਂ ਨੇ ਮੇਰੇ ਵੱਲ ਪਿੱਠ ਕੀਤੀ ਹੈ ਤੇ ਤੁਸੀਂ ਮੇਰੇ ਸਿੱਖ ਸੀ, ਤੁਸੀਂ ਰਾਮ ਰਾਏ ਵੱਲ ਪਿੱਠ ਕਿਉਂ ਨਾ ਕੀਤੀ? ਆਖੋ ਸਤਨਾਮ। ਨੋਟ ਕਰੇ ਫਿਰ, ਤੁਸੀਂ ਕਿਉਂ ਨੀ ਪਿੱਠ ਕੀਤੀ? ਸਿੱਖਾਂ ਦੇ ਅੰਦਰ ਗਿਆਨ ਹੋ ਗਿਆ ਬਾਣੀ ਦਾ, ਸ਼ਬਦ ਦਾ। ਕਹਿਣ ਲੱਗੇ ਮਾਲਕ, ਜਿਸ ਪਾਪੀ ਵੱਲ ਵੀ ਗੁਰੂ ਦਾ ਮੁੱਖ ਹੋ ਜਾਏ ਉਸ ਵੱਲ ਸਿੱਖ ਕਿਵੇਂ ਪਿੱਠ ਕਰ ਸਕਦਾ? ਕਿੱਡਾ ਪਾਪੀ ਕਿਉਂ ਨਾ ਹੋਵੇ। ਰਾਮ ਰਾਏ ਦਰਬਾਰ ਚੋਂ ਧੱਕਿਆ ਗਿਆ ਪਰ ਅੱਜ ਤੇਰਾ ਮੁੱਖ ਉਹਦੇ ਵੱਲ ਸੀ। ਆਖੋ ਸਤਨਾਮ। ਉਹ ਤਾਂ ਬਖਸ਼ਿਆ ਗਿਆ, ਤੇਰੀ ਤੱਕ ਨਜ਼ਰ ਦੀ ਲੋੜ ਹੈ। ਜਿਨ ਕੋ ਨਜ਼ਰ ਕਰਮ ਤਿੰਨ ਕਰ ਨਾਨਕ ਨਜ਼ਰੀ। ਪਾਪੀ ਵੀ ਤਰ ਜਾਂਦਾ, ਇੱਕ ਨਜ਼ਰ ਪੈ ਜਾਏ। ਤੇਰਾ ਮੁੱਖ ਰਾਮ ਰਾਏ ਵੱਲ ਹੋ ਗਿਆ ਪਾਤਸ਼ਾਹ, ਸਾਡੇ ਭਾਣੇ ਤੋਂ ਪਵਿੱਤਰ ਹੋ ਗਿਆ ਕਿਉਂਕਿ ਤੇਰੀ ਨਜ਼ਰ ਗੁਰੂ ਦਾ ਮੁੱਖ ਪਾਰਿਓ ਕਿਸੇ ਭਾਗਾਂ ਵਾਲੇ ਵੱਲ ਹੁੰਦਾ। ਅੱਜ ਖਿਆਲ ਕਰਨਾ, ਜੇ ਗੁਰੂ ਸਾਡੇ ਵੱਲ ਮੁੱਖ ਕਰਦਾ ਸੀ ਪਿੱਠ ਕਰਕੇ ਚਲੇ ਗਿਆ। ਕੋ ਸਤਨਾ ਅਸੀਂ ਕਹਿਦਾ ਗੁਰੂ ਤੇਰੀ ਗੱਲ ਹੀ ਨੀ ਸੁਣਨੀ, ਕਿੱਡੇ ਭਾਗਾਂ ਵਾਲੇ ਆਪਾਂ। ਗੁਰੂ ਦੀ ਗੋਦ ਮਿਲੀ ਹੈ, ਗੁਰੂ ਦਾ ਨਿੱਘ ਮਿਲਿਆ, ਗਿਆਨ ਦਾ ਨੇਤਰ, ਵਿਵੇਕ ਦਾਨ ਅੱਗੇ ਪਿਆਰਿਓ ਵਸਾ ਦਾਨ। ਆਖੋ ਸਤਨਾ। ਵਸਾ ਵਸਾ ਦਾ ਭਾਵ ਕਿ ਹਿਰਦੇ ਵਿੱਚ ਇੰਨੀ ਪਰਪੱਕਤਾ ਹੋ ਜਾਏ ਕਿ ਮੇਰਾ ਗੁਰੂ ਹੈ, ਰੱਬ ਹੈ, ਪਰਮੇਸ਼ਰ ਹੈ, ਇਹ ਪਰਪੱਕਤਾ ਹੈ। ਕਿਉਂਕਿ ਦੁਨੀਆਂ ਦੇ ਵੱਲੋਂ ਬੜੇ ਲੋਕ ਜਿਹੜੇ ਕਹਿੰਦੇ ਰੱਬ ਹੈ ਹੀ ਨਹੀਂ। ਆਖੋ ਸਤਨਾ। ਉਹ ਕਈ ਐਸੀ ਗੱਲਾਂ ਸੁਣਾਉਂਦੇ ਨੇ ਕਿਸੇ ਨੂੰ, ਮੁਨਕਰ ਹੋ ਜਾਂਦੇ। ਉਹ ਕਹਿੰਦੇ ਜੀ ਰੱਬ ਤਾਂ ਕੁਝ ਕਰਦਾ ਹੀ ਨਹੀਂ, ਬੰਦਾ ਹੀ ਕਰਦਾ। ਕਿਉਂਕਿ ਵਿਚਰਦਿਆਂ ਨਗਰਾਂ ਸ਼ਹਿਰਾਂ ਵਿੱਚ ਬੜੇ ਬੰਦੇ ਸਵਾਲ ਕਰਦੇ ਪੁੱਠੇ ਸਿੱਧੇ, ਰੱਬ ਕੀ ਕਰਦਾ, ਗੁਰੂ ਕੀ ਕਰਦਾ, ਗੁਰੂ ਕੀ ਕਰ ਸਕਦਾ। ਇੱਕ ਸਵਾਲ ਕੀਤਾ ਸੀ ਪ੍ਰੇਮੀ ਨੇ ਪਿਆਰੇ, ਉਹ ਕਹਿਣ ਲੱਗੇ ਗੁਰੂ ਕੀ ਕਰ ਸਕਦਾ? ਇੱਕ ਬਾਬਾ ਨਾਨਕ ਸਾਰਾ ਸੰਸਾਰ ਮੰਗਣ ਵਾਲਾ। ਆਖੋ ਸਤਨਾ। ਉਹ ਕਹਿੰਦੇ ਬਾਬਾ ਨਾਨਕ ਕੈਨੇਡਾ ਵਿੱਚ ਬੇਨਤੀਆਂ ਸੁਣੇ ਸਿੱਖਾਂ ਦੀਆਂ ਕਿ ਇੰਡੀਆ ਵਿੱਚ ਸੁਣੇ? ਆਖੋ ਸਤਨਾ। ਇਹ ਤਾਂ ਲੋਕੀ ਭਰਮ ਦੇ ਮਾਰੇ ਐਵੇਂ ਅਰਦਾਸਾਂ ਕਰੀ ਜਾਂਦੇ। ਉਹ ਪਿਆਰਿਓ ਜਵਾਬ ਆਇਆ ਸੀ, ਇੱਕ ਡਾਇਰੈਕਟਰ ਜਦੋਂ ਮਸ਼ੀਨ ਦੀ ਬਣਾਵਟ ਬਣਾਉਂਦਾ ਨਾ, ਪਹਿਲਾਂ ਨਕਸ਼ਾ ਬਣਾਉਂਦਾ। ਆਖੋ ਸਤਨਾ। ਆਹ ਮਸ਼ੀਨ ਇਸ ਤਰ੍ਹਾਂ ਦੀ ਬਣੇਗੀ, ਆਹ ਪੁਰਜੇ ਫਿੱਟ ਹੋਣਗੇ। ਮਿਸਤਰੀਆਂ ਨੇ ਬਣਾਈ ਮਸ਼ੀਨ, ਚਲਦੀ ਚਲਦੀ ਖੜ ਜਾਏ ਨਾ ਕਿਤੇ, ਕਈ ਵਾਰੀ ਮਿਸਤਰੀਆਂ ਤੋਂ ਲੋਟ ਨਹੀਂ ਆਉਂਦੀ, ਠੀਕ ਨਹੀਂ ਹੁੰਦੀ, ਤੇ ਡਾਇਰੈਕਟਰ ਮਸ਼ੀਨ ਨੂੰ ਦੇਖ ਕੇ ਦੱਸ ਦਿੰਦਾ ਇਹਦਾ ਫਲਾਣਾ ਪੁਰਜਾ, ਆਹ ਬਦਲ ਦਿਓ। ਆਖੋ ਸਤਨਾ। ਆਖਿਆ ਪਿਆਰਿਓ ਅੱਜ ਇੰਨਾ ਖੰਡ ਬ੍ਰਹਿਮੰਡ ਹੈ, ਇੱਕ ਦੁਨੀਆਂ ਦੀ ਗੱਲ ਕੀ, ਮਾਤ ਲੋਕ ਦੀ ਗੱਲ ਕੀ। ਸਤਿਗੁਰ ਨੇ ਬਾਣੀ ਚ ਆਖਿਆ ਪਾਤਾਲਾਂ ਪਾਤਾਲ ਲੱਖ ਆਗਾਸਾਂ, ਕੋੜ ਕੋੜ ਕਪਾਲ ਥਕੇ ਵੇਦ ਕਹਿਣ। ਦਾਸ ਨੇ ਆਖਿਆ ਕਿ ਜਿੰਨੇ ਖੰਡ ਬ੍ਰਹਿਮੰਡ ਨੇ, ਪਤਾਲ ਨੇ, ਇੱਕ ਦੁਨੀਆਂ ਦੀ ਗੱਲ ਨੀ, ਮਾਤ ਲੋਕ ਦੀ ਗੱਲ ਨੀ, ਲੱਖਾਂ ਧਰਤੀਆਂ ਗੁਰੂ ਨਾਨਕ ਨੇ ਸਾਜੀਆਂ। ਆਖੋ ਸਤਨਾਮ। ਲੱਖਾਂ ਧਰਤੀਆਂ ਗੁਰੂ ਨਾਨਕ ਨੇ ਸਾਜੀਆਂ, ਕਿਤੇ ਵੀ ਡਿਫੈਕਟ ਪੈ ਜਾਏ, ਕਿਤੇ ਕੋਈ ਹੱਲਾ ਗੁੱਲਾ ਹੋਵੇ, ਕੋਈ ਬੇਨਤੀ ਕਰੇ, ਬਾਬੇ ਨਾਨਕ ਨੂੰ ਉਸ ਵੇਲੇ ਪਤਾ ਲੱਗ ਜਾਂਦਾ, ਜਾਣਾ ਪੈ ਜਾਂਦਾ ਹੈ ਇਹ ਤਾਂ ਪਰਮੇਸ਼ਰ ਹੈ। ਕੀ ਆਖਿਆ ਬਾਣੀ ਨੇ, ਤੇਰਾ ਕੀ ਖਿਆਲ ਹੈ? ਕਦੇ ਯਾਦ ਰੱਖ, ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ ਰਾਮ ਕਿਹੜਾ ਨਿਆਣਾ ਹੈ, ਸਭ ਦੇ ਦਿਲਾਂ ਦੀਆਂ ਜਾਣੇ ਰਾਮ ਕਿਹੜਾ ਨਿਆਣਾ ਹੈ।
ਸਭ ਦੇ ਦਿਲਾਂ ਦੀਆਂ, ਸਭ ਦੇ ਦਿਲਾਂ ਦੀਆਂ, ਸਭ ਦੇ ਦਿਲਾਂ ਦੀਆਂ ਜਾਣੇ ਰਾਮ ਕਿਹੜਾ, ਸਭ ਦੇ ਦਿਲਾਂ ਦੀਆਂ ਜਾਣੇ ਰਾਮ ਕਿਹੜਾ ਨਿਆਣਾ ਹੈ, ਨੋਟ ਕਰਿਆ ਪਿਆ ਬਸਾਦਾਨ ਕਹਿੰਦੇ ਸਿੱਖ ਨੂੰ ਭਰੋਸਾ ਹੋ ਜਾਏ ਕਿ ਮੇਰਾ ਗੁਰੂ ਹੈ, ਬਚਨ ਹੋਇਆ ਜੋਗਿਆ, ਜੇ ਤੂੰ ਮੇਰੇ ਜੋਗਾ ਤਾਂ ਗੁਰੂ ਤੇਰੇ ਜੋਗਾ, ਕੋ ਸਤਨਾਮ ਭਰੋਸਾ ਸੀ। ਇਹ ਤੋਂ ਅੱਗੇ ਜੀ ਬਸਾਦਾਨ ਭਰੋਸਾਦਾਨ, ਇਹ ਛੇਵੀਂ ਖੈਰ ਹੈ ਪਿਆਰਿਓ। ਭਰੋਸੇ ਤੇ ਵਿਸਾਹ ਵਿੱਚ ਥੋੜਾ ਜਿਹਾ ਫਰਕ ਹੈ, ਸੂਸ਼ਮ ਜਿਹਾ ਭੇਦ ਹੈ। ਦੇਖਣ ਨੂੰ ਦੋਵੇਂ ਸ਼ਬਦ ਇਕੱਠੇ ਲੱਗਦੇ ਨੇ, ਭੇਦ ਹੈ ਇਹਨਾਂ ਵਿੱਚ। ਵਸਾ ਦਾ ਮਤਲਬ ਇਹ ਹੈ ਕਿ ਮੇਰਾ ਗੁਰੂ ਹੈ, ਮੇਰਾ ਬਾਬਾ ਨਾਨਕ ਹੈ, ਮੇਰਾ ਬਾਜਾ ਬਾੜ ਹੈ, ਮੇਰਾ ਗੁਰੂ ਗ੍ਰੰਥ ਸਾਹਿਬ ਹੈ। ਤੇ ਭਰੋਸੇ ਦਾ ਮਤਲਬ ਹੈ ਕਿ ਜਦੋਂ ਮੈਂ ਯਾਦ ਕਰਾਂਗਾ ਉਸ ਵੇਲੇ ਹਾਜ਼ਰ ਹੋ ਜਾਵੇਗਾ ਕੋ ਸਤਨਾਮ, ਉਸ ਵੇਲੇ ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਜਿੱਥੇ ਮੈਂ ਬੇਨਤੀ ਕੀਤੀ ਮੇਰੀ ਬਾਬੇ ਨਾਨਕ ਨੇ ਸੁਣ ਲੈਣੀ। ਭਰੋਸਾ ਦਾਨ ਇਹ ਛੇਵੀਂ ਖੈਰ ਹੈ। ਤੇ ਅੱਗੇ ਆਖਿਆ ਜੀ ਦਾਨਾਂ ਵਿੱਚੋਂ ਦਾਨ ਨਾਮ ਦਾਨ ਆਖੋ ਸਤਨਾਮ। ਵਿਚਾਰ ਚੱਲੀ ਸੀ ਕਿ ਬਾਬਾ ਫਰੀਦ ਖੈਰ ਮੰਗਦਾ, ਸ਼ੇਖ ਫਰੀਦਾ ਖੈਰ ਦੀਜੇ ਬੰਦਗੀ, ਕਿਉਂ ਮੰਗਦਾ ਬੰਦਗੀ ਦੀ ਖੈਰ, ਕਿਉਂ ਮੰਗਦਾ ਨਾਮ ਦੀ ਖੈਰ, ਛੇ ਖੈਰਾਂ ਹੋ ਗਈਆਂ। ਅਖੀਰ ਵਿੱਚ ਆਖਿਆ ਦਾਨਾਂ ਵਿੱਚੋਂ ਦਾਨ ਨਾਮ ਦਾਨ, ਕਿਉਂ ਆਖਿਆ ਜੀ? ਕਰੇ ਤੇਰੇ ਕੋਲ ਸਾਰੀਆਂ ਚੀਜ਼ਾਂ ਹੋਣ ਗੁਰਸਿੱਖਾ ਜੀ, ਤੇਰੇ ਕੋਲ ਨਾਮ ਨਾ ਹੋਇਆ ਤੇਰੀ ਰਹਿਤ ਵੀ ਪਖੰਡੀ ਹੋ ਜਾਏਗੀ ਆਖੋ ਸਤਨਾਮ, ਤੇਰੀ ਰਹਿਤ ਰੱਖੀ ਵੀ ਨਾਟਕੀ ਹੋ ਜਾਏਗੀ ਜੇ ਤੂੰ ਤੇਰੇ ਅੰਦਰ ਨਾਮ ਨਾ ਹੋਇਆ, ਜੇ ਤੇਰੇ ਅੰਦਰ ਸਿਮਰਨ ਨਾ ਹੋਇਆ, ਤੇਰੇ ਅੰਦਰ ਬੰਦਗੀ ਨਾ ਹੋਈ, ਤੇਰਾ ਭਰੋਸਾ ਵੀ ਗੱਲੀ ਬਾਤੀ ਹੋ ਜਾਣਾ, ਤੇਰਾ ਵਸਾਹ ਵੀ ਗੱਲੀ ਬਾਤੀ ਹੋ ਜਾਣਾ ਜੇ ਤੇਰੇ ਅੰਦਰ ਸਿਮਰ ਨਾ ਚੱਲਿਆ ਆਖੋ ਸਤਨਾਮ। ਕੀ ਹੋ ਗਿਆ ਤੂੰ ਮੁੱਖ ਤੋਂ ਆਖੀ ਜਾਂਦਾ ਮੇਰਾ ਗੁਰੂ ਹੈ, ਮੇਰਾ ਗੁਰੂ ਨਾਨਕ ਹੈ, ਸਿਮਰਨ ਕਦੇ ਵੀ ਨਹੀਂ ਕਰਦਾ, ਕਦੇ ਯਾਦ ਤੂੰ ਨਹੀਂ ਕਰਦਾ, ਨਿਤਨੇਮ ਤੂੰ ਨਹੀਂ ਕਰਦਾ ਕਦੇ। ਉਹ ਪਿਆਰਿਆ ਦਾਨਾਂ ਵਿੱਚੋਂ ਦਾਨ ਬਾਣੀ ਕਹਿੰਦੀ ਆ, ਕਦੇ ਬੇਨਤੀ ਕਰਿਆ ਕਰ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ। ਜੇ ਤੂੰ ਆਹ ਖੈਰ ਮੰਗ ਲਈ ਤੇਰੀਆਂ ਛੇ ਖੈਰਾਂ ਵੀ ਸਫਲੀਆਂ ਹੋ ਜਾਣਗੀਆਂ ਕੋ ਸਤਨਾਮ। ਆਹ ਸਮਾਂ ਵੀ ਹੋ ਚੁੱਕਿਆ ਪਿਆਰਿਓ, ਸਾਰੇ ਅਖੈਰ ਮੰਗੋ, ਬੇਨਤੀ ਕਰੀਏ ਮਾਲਕ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ ਗੁਣ ਗਾ
ਜਿਹੜੀ ਧਾਰਨਾ ਕੱਲ ਅਖੀਰ ਵਿੱਚ ਪੜ੍ਹੀ ਸੀ ਉਹ ਫੇਰ ਪੜ੍ਹੋ ਇੱਕ ਵਾਰੀ। ਆ ਧਾਰਨਾ ਪੜ੍ਹ ਕੇ ਆਪਾਂ ਨੇ ਖਿਮਾ ਮੰਗਣੀ ਫਿਰ, ਕਿਉਂਕਿ ਬੇਅੰਤ ਮਹਾਂਪੁਰਖ ਸਟੇਜ 'ਤੇ ਬੈਠੇ, ਉਹਨਾਂ ਨੇ ਵੀ ਨਿਹਾਲ ਕਰਨਾ ਹੈ। ਕਿਤੇ ਆ ਨਾਮ ਦੀ ਦਾਤ ਹਿਰਦੇ 'ਚ ਵੱਸ ਗਈ, ਅਰਦਾਸ ਤੇਰੀ ਹਿਰਦੇ 'ਚ ਆਵੇਗੀ ਫਿਰ। ਮੇਰੇ ਦਿਲ ਵਿੱਚ ਵੱਜਦੀ ਰਹਿੰਦੀ ਤੇਰੀ ਤਾਰ ਸੱਜਣਾ, ਮੇਰੇ ਦਿਲ ਵਿੱਚ ਵੱਜਦੀ ਰਹਿੰਦੀ ਤੇਰੀ ਤਾਰ ਸੱਜਣਾ, ਮੈਂ ਹਰ ਦਮ ਕਰਾਉਂ ਉਡੀਕ ਮੇਰੇ ਦਿਲਦਾਰ ਸੱਜਣਾ, ਮੈਂ ਹਰ ਦਮ ਕਰਾਉਂ ਉਡੀਕ ਮੇਰੇ ਦਿਲਦਾਰ ਸੱਜਣਾ, ਦਿਲਦਾਰ ਹਾਰ ਸੱਜਣਾ, ਮੇਰੇ ਬਖਸ਼ ਦਮੀ ਸਭ ਪਾਪ ਤੂੰ ਬਖਸ਼ਣ ਹਾਰ ਸੱਜਣਾ, ਤੂੰ ਬਖਸ਼ਣ ਹਾਰ ਮੇਰੇ ਬਖਸ਼ ਦਮੀ ਤੇਰੀ ਤਾਰ ਸੱਜਣਾ, ਮੇਰੇ ਦਿਲ ਵਿੱਚ ਵੱਜਦੀ ਰਹਿੰਦੀ ਤੇਰੀ ਤਾਰ ਸੱਜਣਾ, ਤੇਰੀ ਤਾਰ ਮੇਰੇ ਦਿਲ ਵਿੱਚ ਵੱਜਦੀ ਤਾਰ ਵੱਜਦੀ ਰਹੇ। ਇਹ ਤਾਂ ਮਨ ਨੂੰ ਲਾ ਕੇ ਰੱਖੇ ਗੁਰੂ ਦੇ ਚਰਨਾਂ ਚ, ਆਖੋ ਸਤਨਾਮ। ਤੇ ਥੋੜੀ ਜਿਹੀ ਢਿੱਲ ਦੇ ਦੋ ਨਾ ਮਨ ਨੂੰ ਪਿਆਰਿਓ। ਮਹਾਂਪੁਰਖ ਬਚਨ ਕਰਦੇ ਕਹਿੰਦੇ ਇੱਕ ਦਿਨ ਨਿਤਨੇਮ ਢਿੱਲਾ ਪੈ ਜਾਏ ਨਾ ਹਫਤੇ ਤੇ ਚੱਲਿਆ ਜਾਂਦਾ, ਫਿਰ ਹਫਤਾ ਹਫਤਾ ਨਿਤਨੇਮ ਨੀ ਬਣਦਾ ਸਿੱਖ ਦਾ, ਆਖੋ ਸਤਨਾਮ। ਜਿਸ ਦਾ ਇੱਕ ਹਫਤਾ ਨਿਤਨੇਮ ਨਾ ਬਣੇ ਫਿਰ ਮਹੀਨੇ ਤੇ ਗੱਲ ਚਲੀ ਜਾਂਦੀ ਹੈ। ਇੱਕ ਦਿਨ ਦੀ ਢਿੱਲ ਮਹੀਨਾ ਮਹੀਨਾ ਇਹ ਨਿਤਨੇਮ ਤੋਂ ਵਾਂਝਾ ਰਹਿ ਜਾਂਦਾ, ਆਖੋ ਸਤਨਾਮ। ਛੋਟੀ ਜਿਹੀ ਗੱਲ ਯਾਦ ਆਈ, ਕੋਈ ਮਾਲਕ ਸੀ ਉਹਨੇ ਸੇਬਾਂ ਦਾ ਮੁਰੱਬਾ ਮੰਗਾਇਆ। ਨੌਕਰ ਨੂੰ ਕਹਿਣ ਲੱਗਿਆ ਕਰ ਬਈ ਉਹ ਮੁਰੱਬਾ ਮੈਨੂੰ ਸੇਬਾਂ ਦਾ ਕੌਲੀ 'ਚ ਪਾ ਕੇ ਲਿਆ ਕੇ ਦੇ। ਛਕ ਲਿਆ, ਮਾਲਕ ਨੂੰ ਤਰਸ ਆ ਗਿਆ, ਨੌਕਰ ਤੇ ਵੀ ਕਹਿਣਾ ਬੜਾ ਮੰਦ ਹੈ। ਕਹਿਣ ਲੱਗਿਆ ਹੁਣ ਐਂ ਕਰ ਥੋੜਾ ਜਿਹਾ ਤੂੰ ਵੀ ਖਾ ਲੈ, ਆਖੋ ਸਤਨਾਮ। ਨੌਕਰ ਨੇ ਵੀ ਖਾ ਲਿਆ,
ਦੂਜੇ ਦਿਨ ਮਾਲਕ ਫਿਰ ਕਹਿਣ ਲੱਗਿਆ ਆਪਣੇ ਨੌਕਰ ਨੂੰ, ਕਹਿੰਦਾ ਜਾ ਵੀ ਉਹ ਸੇਬਾਂ ਦਾ ਮੁਰੱਬਾ ਲੈ ਕੇ ਆ। ਕਹਿੰਦਾ ਜੀ ਉਹ ਤਾਂ ਖਤਮ ਹੋ ਗਿਆ। ਉਹ ਕਹਿੰਦੇ ਕਿਵੇਂ? ਮੈਂ ਤਾਂ ਇੱਕੋ ਵਾਰੀ ਖਾਧਾ। ਕਹਿੰਦਾ ਜੀ ਬਾਕੀ ਨਾ ਮੈਂ ਖਾ ਲਿਆ। ਉਹ ਕਹਿੰਦਾ ਮੈਂ ਤਾਂ ਤੈਨੂੰ ਆਖਿਆ ਇੱਕ ਵਾਰੀ ਫਰਮਾਇਆ ਸੀ ਵੀ ਖਾ ਲੈ ਆਖੋ ਸਤਨਾਮ। ਕਹਿੰਦਾ ਤੁਸੀਂ ਇੱਕ ਵਾਰੀ ਫਰਮਾਇਆ ਫਿਰ ਤਾਂ ਜੀ ਮੈਂ ਆਪੇ ਹੀ ਫਰਮਾਈ ਗਿਆ। ਆ ਦੇਖੋ ਪਿਆਰੇ, ਇੱਕ ਵਾਰੀ ਜੇ ਢਿੱਲ ਦੇ ਦਿਓ ਨਾ ਮਨ ਨੂੰ ਬਸ ਫਿਰ ਆਪੇ ਰਾਹ ਕੱਢੀ ਜਾਂਦਾ ਹੈ। ਇਹਨੂੰ ਢਿੱਲ ਨਾ ਦਿਓ, ਇਹ ਤਾਂ ਬੇਨਤੀ ਕਰੋ ਸਤਿਗੁਰ ਜੀ ਕਿਰਪਾ ਕਰੋ ਤਾਰ ਖੜਕਦੀ ਰਹੇ। ਸਮਾਂ ਹੋ ਚੁੱਕਿਆ ਪਿਆਰਿਓ, ਆਪਦਾ ਸੰਗਤਾਂ ਦਾ ਹੁਕਮਨਾਮਾ ਸੀ, ਦਸ ਮੋੜ ਨਹੀਂ ਸਕਿਆ, ਮਨ ਨਹੀਂ ਸੀ ਕਰਦਾ ਕਿਉਂਕਿ ਬੇਅੰਤ ਮਹਾਂਪੁਰਖ ਆਏ ਬੈਠੇ ਨੇ। ਲਾਹਾ ਤਾਂ ਮਹਾਂਪੁਰਖਾਂ ਤੋਂ ਲੈਣਾ, ਅਰਦਾਸ ਤਾਂ ਸੇਵਕ ਆਪ ਜੀ ਦਾ ਅਰਦਾਸ ਕਰ ਦੇਣੀ, ਅਸ਼ੀਰਵਾਦ ਦੇ ਦੇਣੀ, ਇਸੇ ਤਰ੍ਹਾਂ ਸੇਵਾ ਸਤਿਗੁਰ ਜੀ ਕਰਾਉਂਦੇ ਰਹਿਣ, ਚੌਂਕੀਦਾਰਾ ਕਰਾਉਂਦੇ ਰਹਿਣ, ਮਹਾਂਪੁਰਖਾਂ ਦੀ ਕਿਰਪਾ। ਸੰਤ ਬਾਬਾ ਦਲਵੀਰ ਸਿੰਘ ਜੀ ਮਹਾਂਪੁਰਖ ਨਾਲ ਬੈਠੇ ਨੇ ਜਿਨ੍ਹਾਂ ਦੀ ਅਸ਼ੀਰਵਾਦ ਹੈ ਸਾਰੀਆਂ ਸੰਗਤਾਂ। ਆਓ ਗੁਰਮੁਖ ਪਿਆਰਿਓ, ਬੇਅੰਤ ਮਹਾਂਪੁਰਖ ਬੈਠੇ ਨੇ, ਮਹਾਂਪੁਰਸ਼ਾਂ ਤੋਂ ਲਾਹਾ ਲਈਏ। ਹੁਣ ਪਿਆਰਿਓ ਇੱਕ ਹੁਕਮਨਾਮਾ ਹੋਰ ਆਇਆ ਸੰਗਤਾਂ ਵੱਲੋਂ ਕਿ ਇੱਕ ਧਾਰਨਾ ਹੋਰ ਪੜ੍ਹ ਦਿਓ ਆਖੋ ਸਤਨਾਮ। ਗੁਰਮੁਖ ਪਿਆਰੇ, ਆ ਪਰਸੋਂ ਵਿਚਾਰ ਚੱਲੀ ਸੀ, ਭਾਵੇਂ ਸੰਬੰਧ ਤਾਂ ਨਹੀਂ ਬਣਦਾ ਪਰ ਹੁਕਮਨਾਮਾ ਆਇਆ ਪਿਆਰ ਦੇ ਨਾਲ। ਮਾਂ ਨੇ ਆਸਰਾ ਤੱਕਿਆ ਸੀ, ਭਰੋਸਾ ਤੱਕਿਆ ਸੀ ਸਤਿਗੁਰ ਦੇ ਚਰਨਾਂ ਦਾ, ਭਰੋਸਾ ਕਰਕੇ ਆਈ ਸਤਿਗੁਰ ਦੇ ਚਰਨਾਂ ਚ। ਪਤੀ ਸਿਰ ਤੋਂ ਉੱਠ ਗਿਆ, ਬੱਚਾ ਬਿਮਾਰ ਹੈ, ਬੱਚੇ ਦੇ ਠੀਕ ਹੋਣ ਦੀ, ਬੱਚਾ ਰਾਜੀ ਨਹੀਂ ਹੋ ਰਿਹਾ, ਮਰਨ ਕਿਨਾਰੇ ਹੈ। ਮਾਲਕ ਦੇ ਦਰਬਾਰ ਵੀ ਚੱਲ ਕੇ ਆ ਗਈ, ਬੇਨਤੀਆਂ ਕਰਦੀ, ਪਾਤਸ਼ਾਹ ਹੁਣ ਤਾਂ ਮੈਂ ਤੇਰੇ ਦਰ ਤੇ ਆ ਗਈ, ਆਖੋ ਸਤਨਾਮ, ਮੈਨੂੰ ਸੇਵਾ ਦੇ ਦੇ ਕਿਉਂਕਿ ਪਤਾ ਸੀ ਕਿ ਹੁਣ ਤਾਂ ਘਰ ਕੋਈ ਰਹੇਗਾ ਨਹੀਂ, ਕਿਰਪਾ ਕਰੋ ਹੇ ਮਾਲਕ ਆਪਣੇ ਚਰਨਾਂ 'ਚ ਥਾਂ ਦੇ ਦਿਓ। ਕਹਿੰਦੇ ਇਸ ਮਾਂ ਨੇ 21 ਦਿਨ ਸੇਵਾ ਕੀਤੀ, 21 ਦਿਨਾਂ ਬਾਅਦ ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ ਕਿ ਮਾਂ ਤੇਰੀ ਸੇਵਾ ਪ੍ਰਵਾਨ ਹੋ ਗਈ, ਆਖੋ ਸਤਨਾਮ। ਜਦੋਂ ਕਹਿੰਦੇ ਮਾਂ ਘਰ ਆਈ ਨਾ ਜੀ, ਆ ਕੇ ਦੇਖਿਆ ਉਹ ਬੱਚਾ ਚੜ੍ਹਦੀ ਕਲਾ 'ਚ ਐਨ ਹੱਸਦਾ ਖੇਡਦਾ, ਮਾਂ ਨੇ ਪੁੱਛਿਆ ਬੱਚਿਆ ਤੂੰ ਤਾਂ ਮਰਨ ਕਿਨਾਰੇ ਸੀ, ਆ ਤੈਨੂੰ ਰਾਜੀ ਕੌਣ ਕਰ ਗਿਆ ਮੇਰੇ ਲਾਲ, ਉਹ ਮੇਰੇ ਸੋਹਣਿਆ, ਓਏ ਮਨਮੋਹਣਿਆ ਤੈਨੂੰ ਰਾਜੀ ਕੌਣ ਕਰ ਗਿਆ ਦੱਸ। ਉਹ ਬੱਚਾ ਹੱਸ ਕੇ ਕਹਿਣ ਲੱਗਿਆ ਮਾਂ ਮੈਨੂੰ ਰਾਜੀ ਮੈਂ ਕੀ ਦੱਸਾਂ। ਕਹਿੰਦੇ ਇੱਥੇ ਇੱਕ ਇਲਾਹੀ ਰੂਪ ਆਇਆ ਸੀ ਕੋਈ, ਆਖੋ ਸਤਨਾਮ। ਮਾਂ ਨੂੰ ਦੱਸਦਾ ਬੱਚਾ, ਕਹਿੰਦਾ ਮਾਂ ਮਿੱਠਾ ਨੀਰ ਪਲਾ ਗਿਆ ਗੋਲ ਪਗੜੀ ਵਾਲਾ, ਮਿੱਠਾ ਨੀਰ ਪਲਾ ਗਿਆ ਗੋਲ ਪਗੜੀ ਵਾਲਾ, ਗੋਲ ਪਗੜੀ ਵਾਲਾ ਮਿੱਠਾ Yeah.
ਰਾਣੀ ਮਸਤਾਨੀ ਸੋਹਣਾ ਸੋਹਣਾ ਮੁਖੜਾ ਅੱਖ ਮਸਤਾਨੀ ਸੋਹਣਾ ਸੋਹਣਾ ਮੁਖੜਾ ਦੱਸਿਆ ਮਾਂ ਕਹਿਣ ਲੱਗੀ ਬੱਚਾ ਤਾਂ ਧੰਨ ਗੁਰ ਅਰਜਨ ਦੇਵ ਆਪ ਆਏ ਸੀ ਆਖੋ ਸਤਨਾਮ ਮਾਲਕ ਆਪ ਆ ਜਾਂਦਾ ਪਿਆਰੇ ਜਿਹਨਾਂ ਨੂੰ ਸ਼ਰਧਾ ਜਿਹਨਾਂ ਨੂੰ ਭਰੋਸਾ ਹੋਵੇ ਪਿਆਰ ਹੋਵੇ ਆਓ ਆਏ ਮਹਾਂਪੁਰਖਾਂ ਨੂੰ ਬੇਨਤੀ ਕਰੀਏ ਨਿਹਾਲ ਕਰਨ ਹੁਣ